ਨੇ ਕਿਸੇ ਆਪਣੀ ਧੀ ਭੈਣ ਵਿਆਣੀ ਆ ਕਿਤੇ ਤਾਂ ਉਹਨਾਂ ਦੀ ਪ੍ਰੇਫਰੈਂਸ ਹੁੰਦੀ ਸੀ ਵੀ ਸਰਕਾਰੀ ਨੌਕਰੀ ਵਾਲਾ ਮੁੰਡਾ ਮਿਲ ਜਾ ਤੇ ਇਹਦੀ ਕੋਈ ਗੱਲ ਹੀ ਨਹੀਂ ਹੈਗੀ ਉਹ ਰੇਗੀ ਸਰਕਾਰ ਦੇ ਜਵਾਈ ਨੇ ਤਾਂ ਭਾਈ ਤਨਖਾਹਾਂ ਵੀ ਚੰਗੀਆਂ ਨੇ ਤੇ ਕੰਮ ਵੀ ਕੁਛ ਨਹੀਂ ਹੈਗਾ ਚੀਜ਼ ਦਾ ਮਾਹੌਲ ਦਾ ਬਹੁਤ ਫਰਕ ਹੈ ਆਂ ਇੰਡੀਆ ਦੀ ਕਾਰਪੋਰੇਟ ਜੌਬ ਬਹੁਤ ਜ਼ਿਆਦਾ ਪ੍ਰੈਸ਼ਰ ਵਾਲੀ ਹੈ ਮੈਨੂੰ ਜੋ ਫੀਡਬੈਕ ਆਈ ਹੈ ਕਿ ਸਰਕਾਰੀ ਨੌਕਰੀ ਵਾਲੇ ਸਿਰ ਫੜੀ ਬੈਠੇ ਨੇ ਯਾਰ ਤੇ ਕੰਮ ਹੀ ਬਹੁਤ ਕਰਾਉਣ ਲੱਗੇ ਜਿਹੜੇ ਰੀਜ਼ਨ ਪਿੱਛੇ ਸਰਕਾਰੀ ਜੌਬ ਲਈ ਸੀ ਵੀ ਚਲੋ ਇੱਥੇ ਆਰਾਮ ਹੈ ਵੀ ਉਹ ਆਰਾਮ ਵੀ ਨਹੀਂ ਮਿਲਿਆ ਤੇ ਜਿਹੜਾ ਕੰਪਰੋਮਾਈਜ਼ ਕੀਤਾ ਸੀ ਪੈਸੇ ਨਾਲ ਉਹ ਪੈਸਾ ਵੀ ਨਹੀਂ ਮਿਲਿਆ ਤੁਸੀਂ ਪੈਸੇ ਪਿੱਛੇ ਹੀ ਸਰਕਾਰੀ ਨੌਕਰੀ ਲਿੱਤੀ ਜੀ ਪੈਸੇ ਪਿੱਛੇ ਹੀ ਤੁਸੀਂ ਕਾਰਪੋਰੇਟ ਲਿੱਤੀ ਪੈਸੇ ਪਿੱਛੇ ਤੁਸੀਂ ਬਾਹਰ ਗਏ ਹੋ ਇਹ ਮਤਲਬ ਆਪਣੀ ਆਪਣੇ ਪੈਸ਼ਨ ਸਮਝਦੇ ਸਮਝਦੇ ਨਾ ਤੁਹਾਡੀ ਉਮਰ ਨਿਕਲ ਜਾਂਦੀ ਹੈ ਮਤਲਬ ਮੈਂ ਉਸ ਬੰਦੇ ਬਾਰੇ ਸੋਚ ਰਿਹਾ ਜਿਹਦੇ ਕੋਲ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਤੇ ਉਹ ਤਾਂ ਐ ਲੱਗ ਰਿਹਾ ਹੁੰਦਾ ਕਿ ਬਾਬੇ ਆਦਮ ਦੇ ਜ਼ਮਾਨੇ ਚ ਜੋ ਯਾਰ ਨੇ ਵਿਚਾਰੇ ਮੁੰਟੀ ਤੇ ਜੀ ਵੇ ਆਪਾਂ ਅੱਜ ਗੱਲ ਕਰਦੇ ਸੀਗੇ ਪਹਿਲਾਂ ਤੇ ਫਿਰ ਆਪਾਂ ਸੋਚੇ ਕਿ ਆਪਾਂ ਪੋਡਕਾਸਟ 'ਚ ਇਹਨੂੰ ਬੈਠ ਕੇ ਗੱਲ ਕਰ ਲਈਏ ਤੂੰ ਤੇ ਮੈਂ ਇਕੱਲੇ ਹੀ ਆ ਚੰਮੀ ਦੀ ਤੱਕ ਗਏ ਹੋਏ ਨੇ ਆਪਣੇ ਘੁੰਮਣ ਸੈਣ ਕਿਤੇ ਤੇ ਮੈਂ ਹੀ ਸੋਚਦੀ ਸੀਗੀ ਕਿ ਆਪਣਾ ਜਿਹੜਾ ਟਾਈਮ ਹੈ ਆਪਾਂ ਕਿੰਨੀ ਵਧੀਆ ਜਨਰੇਸ਼ਨ 'ਚ ਬੌਰਨ ਹੋਏ ਆ ਕਿ ਆਪਾਂ ਸਾਰਾ ਜਿਹੜਾ ਜੋ ਬਹੁਤ ਜ਼ਿਆਦਾ ਐਕਸਪੋਨੈਂਸ਼ੀਅਲ ਚੇਂਜ ਆ ਰਿਹਾ ਹੈ ਲਾਈਫ ਦੇ ਵਿੱਚ ਟੈਕਨੋਲੋਜੀ ਨੂੰ ਲੈ ਕੇ ਹੈ ਨਾ ਟੈਕਨੋਲੋਜੀ ਨੂੰ ਲੈ ਕੇ ਕਿੰਨਾ ਕੁਝ ਚੇਂਜ ਆਈ ਜਾ ਰਿਹਾ ਤੇ ਉਹ ਟੈਕਨੋਲੋਜੀ ਨੇ ਫਿਲਾਸਫੀ ਆਫ ਲਾਈਫ ਤੇ ਵੀ ਬਹੁਤ ਇੰਪੈਕਟ ਪਾਇਆ ਹੈ ਵੀ ਤੁਸੀਂ ਕਿੱਦਾਂ ਦੀ ਲਾਈਫ ਜਾਨਦੇ ਹੋ ਨਾ ਆਪਾਂ ਕਿੰਨੇ ਟਾਈਮ 'ਚ ਜਦੋਂ ਆਪਾਂ ਉਸ ਟਾਈਮ 'ਤੇ ਆਪਣੇ ਘਰੇ ਟੀਵੀ ਵੀ ਨਹੀਂ ਹੁੰਦਾ ਸੀ ਫ੍ਰਿਜ ਵੀ ਨਹੀਂ ਹੁੰਦਾ ਸੀ ਉਦੋਂ ਤੋਂ ਲੈ ਕੇ ਤੈਨੂੰ ਤਾਂ ਪਤਾ ਨਹੀਂ ਯਾਦ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਤਾਂ ਉਹ ਟਾਈਮ ਯਾਦ ਹੈ ਹੁਣ ਤੱਕ ਆਪਾਂ ਇਸ ਇਸ ਇੰਨੀ ਦੂਰ ਤੱਕ ਪਹੁੰਚ ਗਏ ਜਿਹਦੇ ਚ ਕੀ ਗ੍ਰੋਥ ਤੁਸੀਂ ਭਾਵੇਂ ਨੂੰ ਗ੍ਰੋਥ ਕਹਿ ਲੋ ਜਾਂ ਚੇਂਜ ਕਹਿ ਲੋ ਜੋ ਵੀ ਐਕਸਪੋਨੈਂਸ਼ੀਅਲ ਹੋਈ ਹੈ ਮਤਲਬ ਬਹੁਤ ਜ਼ਬਰਦਸਤ ਹੈ ਨਾ ਤੇ ਹੁਣ ਆਪਾਂ ਆਉਣ ਵਾਲੇ 10 ਸਾਲਾਂ ਤੱਕ ਵੀ ਪ੍ਰੈਡਿਕਟ ਨਹੀਂ ਕਰ ਸਕਦੇ ਵੀ ਅਗਲੇ 10 ਸਾਲਾਂ ਦੀ ਇਮੇਜਿਨ ਨਹੀਂ ਕਰ ਸਕਦੇ ਵੀ ਆਪਣੇ ਕੀ ਕੁਝ ਲਾਈਫ ਦੇ ਵਿੱਚ ਕੀ ਚੇਂजेस ਹੋਣਗੀਆਂ ਤੇ ਇਹ ਸਾਰੇ ਚੀਜ਼ਾਂ ਦੇ ਵਿੱਚ ਆਪਣੇ ਬੇਸਿਕ ਕੰਪੋਨੈਂਟ ਆਫ ਲਾਈਫ ਮਤਲਬ ਜਿਹੜੀ ਆਪਾਂ ਨੂੰ ਚੀਜ਼ਾਂ ਟੱਚ ਕਰਦੀਆਂ ਸੀ ਲਾਈਫ ਨੂੰ ਆਪਣੀ ਪ੍ਰੇਫਰੈਂਸਿਸ ਹੁੰਦੀਆਂ ਸੀ ਲਾਈਫ ਦੀਆਂ ਉਹ ਵੀ ਕਿੰਨੀਆਂ ਚੇਂਜ ਹੋ ਗਈਆਂ ਆਪਾਂ ਜਿਵੇਂ ਆਪਾਂ ਅੱਜ ਗੱਲਾਂ 'ਚ ਗੱਲ ਨਿਕਲੀ ਸੀਗੀ ਵੀ ਲੋਕ ਪਹਿਲਾਂ ਪ੍ਰੈਫਰ ਕਰਦੇ ਹੁੰਦੇ ਸੀ ਸਰਕਾਰੀ ਨੌਕਰੀ ਕੁੜੀ ਨੇ ਕਿਸੇ ਨੇ ਆਪਣੀ ਧੀ ਪੈਣ ਵਿਆਣੀ ਆ ਕਿਤੇ ਤਾਂ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਸੀ ਵੀ ਸਰਕਾਰੀ ਨੌਕਰੀ ਵਾਲਾ ਮੁੰਡਾ ਮਿਲ ਜੇ ਤਾਂ ਇਹਦੀ ਕੋਈ ਗੱਲ ਹੀ ਨਹੀਂ ਹੈਗੀ ਮਤਲਬ ਸਭ ਤੋਂ ਹਾਈਐਸਟ ਪ੍ਰਾਇੋਰਟੀ ਇਹ ਹੀ ਹੁੰਦੀ ਸੀਗੀ ਹਨਾ ਤੇ ਅੱਜ ਦੇ ਡੇਟ 'ਚ ਜੇ ਆਪਾਂ ਦੇਖੀਏ ਤਾਂ ਉਹ ਚੀਜ਼ ਦਾ ਹੁਣ ਮੰਨੇ ਨਹੀਂ ਰਿਹਾ ਨਾ ਜ਼ਿਆਦਾ ਪਤਾ ਨਹੀਂ ਆਪਾਂ ਨੂੰ ਹੀ ਲੱਗਦਾ ਪਿੰਡਾ ਪੁੰਡਾ 'ਚ ਸ਼ਾਇਦ ਅਜੇ ਵੀ ਲੋਕ ਚਾਹੁੰਦੇ ਹੋਣ ਪਰ ਉਹ ਚੀਜ਼ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀਗੀ ਹਣਾ ਅੱਜਕੱਲ ਦੇ ਡੇਟ 'ਚ ਇੱਕ ਬੰਨੀ ਹੋਈ ਸਰਕਾਰੀ ਨੌਕਰੀ ਦੀ ਜਗ੍ਹਾ ਜਿਹੜੀ ਪ੍ਰੇਫਰੈਂਸ ਹੈ ਉਹ ਕ੍ਰੀਏਟੀਵਿਟੀ ਵੱਲ ਜ਼ਿਆਦਾ ਚਲੇਗੀ ਹੈ। ਹਨਾ ਵੀ ਤੁਸੀਂ ਆਪਣੇ ਕੋਈ ਨਵੇਂ ਤਰੀਕੇ ਦੀ ਜੌਬ ਕਰੋ, ਥੋੜੀ ਟੈਕਨੋਲੋਜੀ ਰਿਲੇਟਿਡ ਹੋਵੇ, ਤੁਸੀਂ ਥੋੜਾ ਐਡਵਾਂਸ ਕੰਮ ਕਰੋ ਜਿਸ ਤੁਸੀਂ ਬਾਹਰ ਜਾ ਸਕੋ, ਤੁਸੀਂ ਟਰੈਵਲ ਕਰੋ, ਤੁਸੀਂ ਲੋਕਾਂ ਨੂੰ ਮਿਲੋ। ਆਈ ਡੋਨਟ ਨੋ ਹੋ ਸਕਦਾ ਸਿਰਫ ਮੇਰਾ ਹੀ ਮਾਈਂਡਸੈਟ ਚੇਂਜ ਹੋਇਆ ਹੋਵੇ। ਤੈਨੂੰ ਵੀ ਇਹ ਚੀਜ਼ ਫੀਲ ਹੁੰਦੀ ਹੈ ਕਿ ਦੁਨੀਆ ਬਹੁਤ ਦੀ ਪ੍ਰੇਫਰੈਂਸ ਬੜੀਆਂ ਚੇਂਜ ਹੋ ਗਈਆਂ। ਹਾਂ ਇਹ ਹੈਗਾ ਤਾਂ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਹਿੰਟ ਤਾਂ ਉਹੀ ਆ ਮਤਲਬ ਪਰ ਮੈਂ ਤੁਹਾਨੂੰ ਪੂਰਾ ਇਹਦੇ ਚ ਜਿਵੇਂ ਤੁਹਾਨੂੰ ਲੱਗ ਰਿਹਾ ਐਗਜ਼ੈਕਟਲੀ ਮੈਂ ਉਹ ਐਗਜ਼ੈਕਟ ਨਹੀਂ ਕਹਿ ਸਕਦਾ ਆ ਬੇਸਿਕਲੀ ਜਿਹੜੇ ਆਪਣੀ ਸਪੈਸ਼ਲੀ ਆਪਾਂ ਪੰਜਾਬੀ ਕਮਿਊਨਿਟੀ ਦੀ ਆਪਾਂ ਆਪਣੇ ਆਸ-ਪਾਸ ਦੇ ਲੋਕਾਂ ਦੀ ਆਪਣੇ ਆਪਣੇ ਵਰਗੇ ਲੋਕਾਂ ਦੀ ਜੋ ਗੱਲ ਕਰਦੇ ਆ ਤਾਂ ਆਪਣੇ ਮੋਸਟਲੀ ਸਭ ਦੇ ਬਜ਼ੁਰਗਾਂ ਨੇ ਪਿਛਲੀ ਜਨਰੇਸ਼ਨ ਨੇ ਸਰਕਾਰੀ ਨੌਕਰੀ ਕੀਤੀ ਆ ਤੇ ਪਿੰਡਾਂ ਦੇ ਵਿੱਚ ਚਲੋ ਖੇਤੀ ਕੀਤੀ ਆ ਬਸ ਪਿੰਡਾਂ ਵਾਲੇ ਘੱਟ ਨੇ ਤੇ ਜ਼ਿਆਦਾ ਜੌਬ ਸੈਕਟਰ ਦੇ ਵਿੱਚ ਇਹ ਲੋਕ ਸੀਗੇ ਜਿਨ੍ਹਾਂ ਨੇ ਫੌਜ ਦੀ ਨੌਕਰੀ ਕੀਤੀ ਜਾਂ ਕੋਈ ਗਵਰਨਮੈਂਟ ਜੌਬ ਕੀਤੀ ਤੇ ਉਹ ਜੌਬ ਜਿਹੜੀ ਸੀਗੀ ਉਹ ਬੜੀ ਈਜ਼ੀ ਸੀਗੀ ਕਦਾਂ ਤੇ ਬਹੁਤ ਉਹਦੇ ਚ ਕਹਿੰਦੇ ਸਰਕਾਰ ਦੇ ਜਵਾਈ ਨੇ ਕਹਿੰਦੇ ਹੁੰਦੇ ਨੇ ਆਪਣੇ ਮਸ਼ਹੂਰ ਨੇ ਕਿ ਸਰਕਾਰ ਦੇ ਜਵਾਈ ਨੇ ਤਾਂ ਭਾਈ ਤਨਖਾਹਾਂ ਵੀ ਚੰਗੀਆਂ ਨੇ ਤੇ ਕੰਮ ਵੀ ਕੁਝ ਨਹੀਂ ਹੈਗਾ ਤੇ ਉਹ ਕਹਿੰਦੇ ਨੇ ਜਿਹੜਾ ਥੋੜਾ ਕਰਪਟਾਉ ਦੀ ਦਾ ਜਮਈ ਚਾਰੋਂ ਉਂਗਲਾਂ ਤੇ ਘੋਚ ਨੇ ਨਾ ਕੰਮ ਕਰਨਾ ਨਾਲੇ ਕਰਪਸ਼ਨ ਵੀ ਆ ਨਾਲੇ ਉਹਦੇ ਚ ਸੇਫਟੀ ਵੀ ਆ ਕੋਈ ਕੱਢ ਨਹੀਂ ਸਕਦਾ ਤੁਹਾਨੂੰ ਲਾਈਫਟਾਈਮ ਆ ਫਿਰ ਬਾਅਦ ਚ ਪੈਨਸ਼ਨਾਂ ਵੀ ਮਿਲਣੀਆਂ ਨੇ ਤੇ ਇਹਨੂੰ ਮੈਨੂੰ ਇਹ ਲੱਗ ਰਿਹਾ ਕਿ ਹਜੇ ਵੀ ਨੰਬਰ 1 ਪ੍ਰੈਫਰੈਂਸ ਹਜੇ ਵੀ ਗਵਰਨਮੈਂਟ ਜੌਬ ਆ ਮੈਨੂੰ ਇਹ ਲੱਗ ਰਿਹਾ ਹਜੇ ਵੀ ਤੇ ਇਹ ਪਿਛਲੇ 2-3 3-4 ਸਾਲਾਂ ਜਿਵੇਂ ਸੁਣਿਆ ਕਿ ਇਹ ਉਲਟਾ ਵੱਤ ਗਿਆ ਇੱਥੇ ਇੰਡੀਆ 'ਚ ਮਤਲਬ ਬਹੁਤ ਸਾਰੇ ਪ੍ਰਾਈਵੇਟ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਪ੍ਰਾਈਵੇਟ ਸੈਕਟਰ ਚ ਸੀਗੇ ਤੇ ਪ੍ਰਾਈਵੇਟ ਸੈਕਟਰ ਦੀ ਸੈਲਰੀਜ਼ ਬਹੁਤ ਅੱਛੀਆਂ ਸੀਗੀਆਂ ਤੇ ਉੱਥੇ ਦਾ ਜੋ ਹੈਲਦੀ ਕੰਪੀਟੀਸ਼ਨ ਸੀਗਾ ਪ੍ਰਾਈਵੇਟ ਸੈਕਟਰ ਚ ਇੱਕ ਲੈਵਲ ਦਾ ਫਿਰ ਜਿਵੇਂ 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 ਪਹਿਲਾਂ ਤੁਹਾਨੂੰ ਤੁਸੀਂ ਤਾਂ ਟੈਲੀਕਮ ਚ ਹੋਈ ਤੁਸੀਂ ਦੇਖਿਆ ਹੋਣਾ ਸੱਤ ਅੱਠ ਕੰਪਨੀ ਆਉਂਦੀ ਸੀ ਟੈਲੀਕਮ ਦੀਆਂ ਕਰਦੇ ਕਰਾਂਦੇ ਇੱਕ ਦੋ ਰਹਿ ਗਈਆਂ ਐਂਡ ਦੇ ਵਿੱਚ ਆ ਕੇ ਤਾਂ ਉਹ ਇੰਨਾ ਕੰਪੀਟੀਟਿਵ ਕੰਪੀਟੀਸ਼ਨ ਲੈਵਲ ਇੰਨਾ ਵੱਧ ਗਿਆ ਤੇ ਉਹਨਾਂ ਦੀ ਦਿਨ ਰਾਤ ਇੱਕ ਕਰਤੀ ਤੇ ਬਹੁਤ ਜ਼ਿਆਦਾ ਜ਼ਬਰਦਸਤ ਕਰਪਸ਼ਨ ਕਾਰਪੋਰੇਟ ਚ ਆ ਗਈ ਤੇ ਬਹੁਤ ਕੰਪੀਟੀਟਿਵ ਵੇ ਆਫ ਲਿਵਿੰਗ ਤੇ ਉਸ ਤੋਂ ਬਾਅਦ ਮਤਲਬ ਪ੍ਰੈਸ਼ਰ ਬਹੁਤ ਆ ਇਨ ਅਨਸਿਕਿਉਰ ਬਹੁਤ ਨੇ ਹਾਂ ਅਨਸਿਕਿਉਰ ਬਹੁਤ ਨੇ ਤੇ ਮੈਂ ਬਹੁਤ ਸੁਣਿਆ ਕਾਫੀ ਲੋਕਾਂ ਤੋਂ ਕੀ ਕਾਫੀ ਜਾਣਿਆਂ ਨੇ ਗਵਰਨਮੈਂਟ ਜੌਬ ਪ੍ਰਾਈਵੇਟ ਸੈਕਟਰ ਦੀ ਜੌਬ ਛੱਡ ਕੇ ਉਹ ਕਹਿੰਦੇ ਮੈਂ 7 ਮਤਲਬ 7-8 ਲੱਖ 10 ਲੱਖ ਦਾ ਪੈਕੇਜ ਛੱਡ ਕੇ ਮਤਲਬ ਇਸ ਟਾਈਪ ਦਾ ਮਤਲਬ ਮੰਥਲੀ ਸੈਲਰੀ ਛੱਡ ਕੇ ਉਹ ਅਗਲਾ 50-60 ਹਜ਼ਾਰ ਵਾਲੀ ਸੈਲਰੀ ਤੇ ਵੀ ਆਏ ਨੇ ਕਹਿੰਦੇ ਕਾਫੀ ਲੋਕ ਸਿਕਿਉਰਿਟੀ ਉਹ ਕਹਿੰਦੇ ਗਵਰਨਮੈਂਟ ਦੇ ਮਹੀਨੇ ਤੋਂ ਮਹੀਨੇ ਸੈਲਰੀ ਆਈ ਰਹੇਗੀ ਵੀ ਪ੍ਰੈਸ਼ਰ ਨਹੀਂ ਗਵਰਨਮੈਂਟ ਸੀ ਹਾਂ ਮਤਲਬ ਹਾਂ ਪ੍ਰੈਸ਼ਰ ਪ੍ਰੈਸ਼ਰ ਨਹੀਂ ਮੈਂ 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 ਉੱਥੇ ਆ ਰਿਹਾ ਆ ਐਕਚੁਅਲ ਚ ਜਿਹੜਾ ਬੰਦਾ ਨਾ ਰਿਸਪੌਂਸੀਬਲ ਨਹੀਂ ਲੈ ਸਕਦਾ ਆਪਣੀ ਰਿਸਪੌਂਸੀਬਿਲਟੀ ਖੁਦ ਹੈ ਉਹਨੂੰ ਹਮੇਸ਼ਾ ਗ੍ਰਾਸ ਇਸ ਗ੍ਰੀਨ ਔਰ ਅਦਰ ਸਾਈਡ ਲੱਗ ਰਿਹਾ ਤਾਂ ਉਹ ਲੋਕਾਂ ਨੂੰ ਜਦੋਂ ਤਾਂ ਸੈਲਰੀ ਦੇਖਦੇ ਨੇ ਤਾਂ ਦੇਖਦਾ ਕਾਰਪੋਰੇਟ ਬਹੁਤ ਅੱਛਾ ਹੈ ਜਦੋਂ ਇਨਸਿਕਿਉਰਟੀ ਦਿਖਦੀ ਹੈ ਐਸ ਕਾਰਪੋਰੇਟ ਦੀ ਕਿਥੇ ਦਾ ਕੀ ਪਤਾ ਕੱਲ ਨੂੰ ਕੰਪਨੀ ਰਹੇ ਨਾ ਰਹੇ ਮਰ ਜੂਗੀ ਅੱਧੇ EMPLOYEES ਨਿਕਲ ਜਾਣਗੇ ਉਹਨਾਂ ਨੂੰ ਲੱਗਦਾ ਯਾਰ ਸਰਕਾਰੀ ਨੌਕਰੀ ਵਾਲੇ ਬਹੁਤ ਵਧੀਆ ਨੇ ਅਟ ਲੀਸਟ ਇਹਨਾਂ ਨੂੰ ਕੱਢਿਆ ਤਾਂ ਨਹੀਂ ਜਾ ਸਕਦਾ ਹੈ ਅਗਲਾ ਲੈ ਦੇ ਕੇ ਕੋਟਾਂ ਕਾਟਾਂ ਤੇ ਜਾ ਕੇ ਕੱਪੜ ਆਪਣੇ ਇਹ ਪੀੜੀ ਤਾਂ ਆਪਣਾ ਕਹਿੰਦੇ ਨੇ ਕਿ ਚੱਲ ਇਹ ਤਾਂ ਸੌਖੀ ਰਹਿ ਜੂਗੀ ਖਿੱਚਦੇ ਖਿੱਚਦੇ ਵੀ ਵੱਤ ਤੋਂ ਵੱਤ ਤੰਗ ਹੀ ਕਰ ਲੈਣਗੇ ਜਾਂ ਤਾਂ ਟ੍ਰਾਂਸਫਰ ਹੀ ਕਰ ਦੇਣਗੇ ਕਿਸੇ ਸਾਈਡ ਤੇ ਹੁਣ ਇਹ ਦੋਨਾਂ ਦੇ ਵਿੱਚ ਆ ਗਿਆ ਐਨ ਆਰ ਆਈ ਤੀਸਰਾ ਥਰਡ ਆਪਸ਼ਨ ਥਰਡ ਆਪਸ਼ਨ ਤੇ ਹੁਣ ਜਿਹੜੇ ਤਾਂ ਐਨਆਰਆਈਜ਼ ਦਾ ਐਨਆਰਆਈ ਦੀ ਸਟੈਪ ਇਸ ਟਾਈਪ ਨਾਲ ਜਿਹੜੇ ਦੋਨਾਂ ਦੇ ਵਿੱਚ ਸੈਟਲਡ ਨੇ ਕਾਰਪੋਰੇਟ ਦੇ ਵਿੱਚ ਨੇ ਸੈਟਲਡ ਨੇ ਘਰ ਬਣਾ ਚੁੱਕੇ ਨੇ ਉਹਨਾਂ ਨੂੰ ਲੱਗਦਾ ਯਾਰ ਬਖੇੜਾ ਜਾਂ ਖਾਸੇ ਹੀ ਪਟਣਾ ਪੈਣਾ ਕਿ ਹੁਣ ਤਾਂ ਅਸੀਂ ਘਰ ਵੀ ਬਣਾ ਲਿਆ ਸੀਗਾ ਫਿਰ ਤੁਸੀਂ ਵੀ ਉਸੇ ਕੈਟਾਗਰੀ ਚ ਆ ਹਾਂ ਮੇਰੇ ਥੋੜੇ ਵਰਗੇ ਕਿ ਘਰ ਵੀ ਬਣਾ ਲਿਆ ਸੀਗਾ ਅਸੀਂ ਤਾਂ 15 20 ਸਾਲ ਲਾ ਵੀ ਲਿਆ ਸਾਡੀ ਮਾਰਕੀਟ ਜੀ ਵੀ ਬਣ ਗਈ ਆ ਸਾਡੀ ਜਾਣ ਪਛਾਣ ਵੀ ਹੋ ਗਈ ਆ ਸ਼ਹਿਰ ਚ ਅਸੀਂ ਐਨੇ ਇੱਕ ਗਵਰਨਮੈਂਟ ਦੇ ਬੰਦਿਆਂ ਨੂੰ ਵੀ ਜਾਣਦੇ ਇਥੇ ਲੈ ਦੇ ਕੇ ਜਾਂ ਫੋਨ ਫੋਨ ਕਰਕੇ ਸੜ ਜਾਂਦਾ ਥੋੜਾ ਜਿਹਾ ਨੌਕਰ ਵੀ ਮਿਲ ਜਾਂਦਾ ਔਰੇ ਤਾਂ ਘਰ ਚ ਡਰਾਈਵਰ ਵੀ ਮਿਲ ਜਾਂਦਾ ਠੀਕ ਆ ਪਰ ਫਿਰ ਗੱਲਾਂ ਦੇ ਇੰਟਰਨੈਸ਼ਨਲ ਲੈਵਲ ਦਾ ਕੰਟਰੀ ਨਹੀਂ ਹੈਗਾ ਇਹ ਲੈਣਾ ਤਾਂ ਉਹੀ ਗੰਦ ਚੱਲ ਚਦੋ ਤੁਸੀਂ ਘਰ ਨੂੰ ਵਧੀਆ ਬਣਾ ਲੋਗੇ ਜਦੋਂ ਘਰੋਂ ਬਾਹਰ ਨਿਕਲੋਗੇ ਮੋੜਾਂ ਤੇ ਤਾਂ ਟ੍ਰੈਫਿਕ ਜਮੇ ਮਿਲਣਗੇ ਹੈ ਤੇ ਫਿਰ ਚਾਹੇ ਤੁਹਾਡੀ ਜਿੰਨੀ ਮਰਜ਼ੀ ਸੈਲਰੀ ਹੋਵੇ ਜਦੋਂ ਤੁਹਾਡੇ ਆਸ-ਪਾਸ ਦੇ ਬਹੁਤ ਸਾਰੇ ਲੋਕ ਹੌਲੀਡੇਜ਼ ਨਹੀਂ ਕਰ ਰਹੇ ਤੁਸੀਂ ਵੀ ਨਹੀਂ ਕਰੋਗੇ ਸਮਝ ਰਹੇ ਹੋ ਹਨਾ ਦਾ ਜਿਹੜਾ ਉਹ ਇੱਕ ਅੰਦਰੋਂ ਅੱਗ ਜੀ ਉੱਠਦੀ ਆ ਕਿ ਯਾਰ ਜਾਇਆ ਜਾਵੇ ਫ੍ਰੀਜ਼ ਹੈ ਰਹੀਏ ਉਹ ਇੰਡੀਆ ਦਾ ਕਾਰਪੋਰੇਟ ਮੈਨੂੰ ਤੁਸੀਂ ਮੇਬੀ ਤੁਹਾਡੇ ਸਰਕਲ ਚ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਹੈਬਿਚੁਅਲ ਉਸ ਲੈਵਲ ਦੀ ਹੌਲੀਡੇਜ਼ ਕਰ ਪਾ ਰਿਹਾ ਜਿਹੜਾ ਇੱਕ ਐਨ ਆਰ ਆਈ ਇੱਕ ਗੋਰਿਆਂ ਨੂੰ ਦੇਖ ਕੇ ਕਰਨ ਲੱਗ ਗਿਆ ਐਜ਼ ਅ ਕਲਚਰਲ ਹਜੇ ਉਹ ਸਟਾਰਟ ਹੋ ਰਿਹਾ ਮੈਨੂੰ ਲੱਗਦਾ ਹਜੇ ਸਟਾਰਟ ਹੋ ਰਿਹਾ ਜਿਵੇਂ ਤੁਸੀਂ ਕੈਂਪਰ ਵੈਨ ਵਗੈਰਾ ਲੈ ਕੇ ਨਿਕਲ ਜਾਂਦੇ ਹੋ ਥੋੜਾ ਲੰਬਾ ਸੋਚਦੇ ਹੋ ਹੌਲੀਡੇਜ਼ ਨੂੰ ਲੈ ਕੇ ਮਤਲਬ ਉਹ ਉਹ ਚੀਜ਼ ਦਾ ਮਾਹੌਲ ਦਾ ਬਹੁਤ ਫਰਕ ਹੈ ਇੰਡੀਆ ਦੀ ਕਾਰਪੋਰੇਟ ਜੌਬ ਬਹੁਤ ਜ਼ਿਆਦਾ ਪ੍ਰੈਸ਼ਰ ਵਾਲੀ ਹੈ ਤੇ ਉਹਦੇ ਚ ਤੁਹਾਡਾ ਮਤਲਬ ਤੁਹਾਡਾ ਜਿਹੜਾ ਬੌਸ ਹੁੰਦਾ ਤੁਹਾਨੂੰ ਸੰਡੇ ਨੂੰ ਵੀ ਰਾਤ ਨੂੰ 11 ਵਜੇ ਉਠਵਾ ਕੇ ਕੰਮ ਕਰਾ ਸਕਦਾ ਵੀ ਆ ਜਾ ਵੀ ਚਲੋ ਫੋਨ ਤੇ ਆ ਜਾ ਵੀ ਕਾਨਫਰੈਂਸ ਕਾਲ ਕਰਨੀ ਹੈ ਤੇ ਕਾਨਫਰੈਂਸ ਕਾਲ ਚ ਬਹੁਤ ਥੋੜੀ ਜਿਵੇਂ ਕਹਿੰਦੇ ਨੇ ਕਿ ਬੇਇੱਜ਼ਤੀ ਵਾਲੀ ਗੱਲ ਹੀ ਹੁੰਦੀ ਹੈ ਉਹਨਾਂ ਨੇ ਕਿਉਂ ਕਰਨੀ ਹੁੰਦੀ ਹੈ ਇਨਸਲਟ ਕਰਕੇ ਕੰਮ ਕਰਾਉਂਦੇ ਨੇ ਤੁਹਾਡੇ ਤੋਂ ਵੀ 10 ਬੰਦਿਆਂ ਨੂੰ ਬਿਠਾ ਕੇ ਵਿੱਚ ਤੁਹਾਡੇ ਚਿੱਤਰ ਮਾਰਦੇ ਵਿੱਚ ਤੇ ਤੁਹਾਡੀ ਇਨਸਲਟ ਹੋ ਗਈ ਤੇ ਉਹ ਬੰਦਨ ਫਿਰ ਕਰਨਾ ਪੈਣਾ ਕਿ ਪੂ ਕਰਨ ਵਾਸਤੇ ਹੈ ਨਾ ਉਸ ਟਾਈਪ ਦਾ ਸਟ्रेस ਹੈ ਉਸ ਲੈਵਲ ਦਾ ਸਟ्रेस ਹੈ ਜਿੱਥੇ ਕਿ ਹਿਊਮਿਲੀਏਸ਼ਨ ਪਲੱਸ ਹਾਰਡਵਰਕ ਹਾਰਡਵਰਕ ਵੀ ਹੈਗਾ ਪਲੱਸ ਹਿਊਮਿਲੀਏਸ਼ਨ ਵੀ ਹੈ ਤੇ ਸਿਰਫ ਤੇ ਸਿਰਫ ਟਾਰਗੇਟ ਅਚੀਵਮੈਂਟ ਦੇ ਬੇਸਿਸ ਤੇ ਦੇ ਉੱਤੇ ਜੋਬ ਹੈ ਹੈਨਾ ਤੇ ਛੁੱਟੇ ਆ ਤੁਸੀਂ ਵਕੇਸ਼ਨ ਦੀ ਗੱਲ ਕਰਦੇ ਹੋ ਤਾਂ ਛੁੱਟੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਜਿਹੜੇ ਪਾਰਟਿਕੁਲਰਲੀ ਸੇਲਸ ਵਗੈਰਾ ਚ ਲੋਕ ਨੇ ਉਹਨਾਂ ਨੂੰ ਕੋਈ ਛੁੱਟੀ ਛੱਟੀ ਮਿਲ ਜੇ ਛੁੱਟੀਆਂ 'ਚ ਵੀ ਆਪਣਾ ਫੋਨ ਟੰਗੀ ਫਿਰਦੇ ਨੇ ਵਿਚਾਰੇ ਕੰਨਾ ਤੇ ਤੇ ਉਹ ਬੌਸ ਨੇ ਜਿੱਥੇ ਤੁਸੀਂ ਗੋਆ ਫਿਰਦੇ ਹੋ ਭਾਵੇਂ ਜਿੱਥੇ ਮਰਜੀ ਫਿਰਦੇ ਹੋ ਤੁਹਾਨੂੰ ਚੱਕਣਾ ਹੀ ਪੈਣਾ ਉਹ ਫੋਨ ਹੈਨਾ ਉਸ ਟਾਈਪ ਦੀ ਉੱਥੇ ਵਕੇਸ਼ਨ ਵੀ ਉਸ ਟਾਈਪ ਦੀ ਹੁੰਦੀ ਹੈ ਜਦ ਕਿ ਬਾਹਰਲੇ ਕੰਟਰੀਆਂ ਦੀ ਸਾਡੀ ਵਕੇਸ਼ਨ ਬਹੁਤ ਡਿਫ ਇੱਥੇ ਜਿਹੜੀ ਮਰਜ਼ੀ ਤੁਸੀਂ ਜੌਬ ਕਰਦੇ ਹੋ ਤੁਸੀਂ ਜੇ ਵਕੇਸ਼ਨ ਤੇ ਹੋ ਤੁਹਾਨੂੰ ਕੋਈ ਫੋਨ ਨਹੀਂ ਕਰ ਸਕਦਾ ਪਹਿਲੀ ਗੱਲ ਤਾਂ ਤੁਹਾਡਾ ਪਰਸਨਲ ਫੋਨ ਤੁਹਾਡੇ ਆਫਿਸ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਨੰਬਰ ਹੈਨਾ ਪਤਾ ਹੀ ਨਹੀਂ ਹੈ ਇੱਥੇ ਹੈ ਨਹੀਂ ਇਸ ਟਾਈਪ ਦੇ ਮਾਹੌਲ ਨਹੀਂ ਕਿ ਤੁਸੀਂ ਆਪਣਾ ਨੰਬਰ ਐਕਸਚੇਂਜ ਕਰਦੇ ਹੋ ਕਿਸੇ ਦੇ ਨਾਲ ਕਿਸੇ ਨੂੰ ਤੁਹਾਨੂੰ ਕੋਈ ਕੰਮ ਕਰਨਾ ਨਹੀਂ ਹੈ ਤੁਹਾਡੇ ਈਮੇਲ ਤੇ ਕੰਮ ਹੋਏਗਾ ਜਾਂ ਫਿਰ ਅੱਜ ਕੱਲ ਤਾਂ ਟੈਕਨੋਲੋਜੀ ਨਾਲ ਚੈਟਸ ਚੱਲ ਗਈਆਂ ਉਹ ਵੀ ਜੇ ਤੁਸੀਂ ਆਫੀਸ਼ੀਅਲੀ ਲੌਗਇਨ ਕੀਤਾ ਹੁੰਦਾ ਆਪਣੇ ਲੈਪਟਾਪ ਤੇ ਉਦੋਂ ਹੀ ਸਿਰਫ ਤੁਸੀਂ ਚੈਟ ਕਰ ਸਕਦੇ ਹੋ ਦੂਜੇ ਦੇ ਨਾਲ ਜੇ ਤੁਸੀਂ ਲੈਪਟਾਪ ਲੈਪਟੋਪ ਸ਼ਟਡਾਊਨ ਕਰਤਾ ਉਸ ਤੋਂ ਬਾਅਦ ਨੋ ਚੈਟਸ ਫੋਨ ਨੰਬਰ ਤੋਂ ਥੋੜਾ ਹੁੰਦਾ ਹੀ ਨਹੀਂ ਕਿ ਦੂਜੇ ਦੇ ਨਾਲ ਕਿਸੇ ਦੇ ਕੋਲੇ ਤਾਂ ਤੁਹਾਨੂੰ ਕਾਲ ਤਾਂ ਕਿਸੇ ਨੇ ਕੀ ਕਰਨੀ ਹੈ ਹੈਨਾ ਤੇ ਉਹ ਵਕੇਸ਼ਨ ਜੇ ਤੇ ਤੁਸੀਂ ਹੈਗੇ ਹੋ ਤਾਂ ਵਕੇਸ਼ਨ ਤੇ ਬਿਲਕੁਲ ਵਕੇਸ਼ਨ ਤੇ ਹੋ ਤੁਸੀਂ ਕੋਈ ਤੁਹਾਨੂੰ ਤੰਗ ਨਹੀਂ ਕਰੇਗਾ ਜਿਹੜੀ ਵੀ ਸਾਲ ਦੀ ਵਕੇਸ਼ਨਾਂ ਮਿਲਦੀਆਂ ਨੇ ਉਹ ਹਰ ਕਿਸੇ ਨੇ ਲੈਣੀਆਂ ਹੀ ਲੈਣੀਆਂ ਨੇ ਉਹ ਤਾਂ ਤੁਹਾਨੂੰ ਫੋਰਸਫੁਲੀ ਦਿੱਤੀਆਂ ਜਾਂਦੀਆਂ ਨੇ ਖਤਮ ਕਰੋ ਉਹ ਵਕੇਸ਼ਨਸ ਨੂੰ ਹੈਨਾ ਤੇ ਇਸ ਕਰਕੇ ਮਾਹੌਲ ਤੁਸੀਂ ਉਹਨੂੰ ਨਾ ਕਾਪੀ ਪੇਸਟ ਨਹੀਂ ਕਰ ਸਕਦੇ ਇੰਡੀਆ ਦੇ ਸੋਸ਼ਲ ਕਲਚਰ ਦੇ ਨਾਲ ਉੱਥੇ ਸੋਸ਼ਲ ਕਲਚਰ ਬਹੁਤ ਡਿਫਰੈਂਟ ਹੈ ਬਾਰਲੇ ਸੋਸ਼ਲ ਕਲਚਰ ਦੇ ਨਾਲ ਤਾਂ ਤਾਂ ਜਿਹੜਾ ਜਾਣਾ ਕਾਰਪੋਰੇਟ ਚ ਚਲੇ ਗਿਆ ਸੀਗਾ ਅੱਛੇ ਪੈਕੇजेस ਦੇ ਚੱਕਰਾਂ ਚ ਮਤਲਬ ਅੱਛਾ ਪੈਕੇਜ ਸੀਗਾ ਉਹ ਇੱਕ ਉਹਦਾ ਮੈਗਨੇਟ ਸੀਗਾ ਖਿੱਚ ਰਿਆ ਸੀ ਉਧਰ ਨੂੰ ਤੇ ਉਧਰ ਨੂੰ ਚਲੇ ਗਿਆ ਸੀਗਾ ਹੁਣ ਉਹਦਾ ਚਾਚੇ ਦਾ ਤਾਏ ਦਾ ਮੁੰਡਾ ਕਹਿੰਦਾ ਜਿਹੜਾ ਭਾਈ ਫਰਾਨਾ ਕਿਤੇ ਕੋਈ ਮੈਜਿਸਟ੍ਰੇਟ ਲੱਗਿਆ ਜਾਂ ਕੋਈ ਸਰਕਾਰੀ ਨੌਕਰੀ ਤੇ ਆ ਜਾ ਕੋਈ ਚੱਲ ਐਸਐਸਆਈ ਭਰਤੀ ਹੋਇਆ ਚਾਹੇ ਉਹ ਕਹਿੰਦਾ ਯਾਰ ਪੈਕੇਜ ਨੂੰ ਮਾਰ ਗੋਲੀ ਸਾਡੇ ਸਾਈਡ ਆ ਜਾ ਇਹ ਜਾਂ ਉਹਨੂੰ ਲੱਗ ਰਿਹਾ ਕਿ ਯਾਰ ਉਹ ਚੰਗਾ ਰਹਿ ਗਿਆ ਦੂਜਾ ਕੀ ਸਰਕਾਰੀ ਨੌਕਰੀ ਲੈ ਗਿਆ ਚਲ ਪੈਕੇਜ ਘਟਾ ਫਿਰ ਵੀ ਚਲ ਕੰਮ ਵੀ ਘਟਾ ਕੱਢ ਵੀ ਨਹੀਂ ਸਕਦੇ ਐ ਤੇ ਉਥੇ ਲੈ ਦੇ ਕੇ ਉਹ ਬਣਾਈ ਲੈਂਦਾ ਥੱਲੋਂ ਅੰਡਰ ਦ ਟੇਬਲ ਕਰ ਕਰ ਕੇ ਆਪਣਾ ਕਾਰ ਹੀ ਲੈਂਦਾ ਜਗਾੜ ਜਾ ਤਾਂ ਉਹਨੂੰ ਐਂ ਲੱਗਦਾ ਕਿ ਮੈਂ ਉਧਰ ਚੱਲੇ ਆ ਸਰਕਾਰੀ ਨੌਕਰੀ ਵਾਲ ਪਹਿਲਾਂ ਤਾਂ ਜਿਹੜਾ ਇੰਡੀਆ ਮਤਲਬ ਜਿਹਨੂੰ ਲੱਗਦਾ ਕਿ ਯਾਰ ਨੈਟਵਰਕਿੰਗ ਮੇਰੀ ਬਹੁਤ ਅੱਛੀ ਆ ਨੈਟਵਰਕਿੰਗ ਤੋਂ ਬਾ ਡਾਊਟ ਤਾਂ ਮੈਂ ਜ਼ੀਰੋ ਆ ਬਹੁਤ ਸਾਰਾ ਮਤਲਬ ਬਹੁਤ ਸਾਰਾ ਕਾਰੋਬਾਰਾ ਸਪੈਸ਼ਲੀ ਸੇਲਜ਼ ਵਾਲਾ ਸਾਰਾ ਨੈਟਵਰਕਿੰਗ ਸੈਂਟਰੀ ਦਾ ਤੁਸੀਂ ਕਿੰਨੀ ਆਪਣੀ ਬਣਾ ਕੇ ਰੱਖੀ ਆ ਆਸ-ਪਾਸ ਸ਼ਾਮ ਨੂੰ ਕਿੰਨਿਆਂ ਨਾਲ ਦਾਰੂ ਪੀਤੀ ਆ ਬੈਠੇ ਹੋ ਕਿਹੜੇ ਮੈਜਿਸਟ੍ਰੇਟ ਕਿਹਨੂੰ ਨਾਲ ਬਿਠਾਇਆ ਹਨਾ ਕਿਹੜੇ ਥਾਣੇਦਾਰ ਨੂੰ ਜਾਣਦੇ ਹੋ ਤੁਸੀਂ ਇਸ ਇੱਕ ਬਹੁਤ ਵੱਡਾ ਇੱਕ ਮਤਲਬ ਇੱਕ ਕਾਰੋਬਾਰ ਦਾ ਤੁਹਾਡੇ ਸਕਸੈਸ ਦਾ ਪਾਰਟ ਬਣ ਚੁੱਕਿਆ ਤਾਂ ਜਿਹਨੇ ਲੋਕਾਂ ਦਾ ਇਹ ਪਾਰਟ ਬਣ ਚੁੱਕਿਆ ਉਹਨਾਂ ਨੂੰ ਕੰਟਰੀ ਸ਼ਿਫਟ ਕਰਨਾ ਬਹੁਤ ਔਖਾ ਲੱਗਦਾ ਬਿਕੋਜ਼ ਇਹੀ ਉਹਨਾਂ ਦਾ ਸਕਿੱਲ ਆ ਨੈਟਵਰਕਿੰਗ ਹੀ ਸਕਿੱਲ ਆ ਸਾਰਾ ਤਾਂ ਉਹਨਾਂ ਨੂੰ ਐ ਲੱਗਦਾ ਕਿ ਸਰਕਾਰੀ ਨੌਕਰੀ ਚ ਚਲੇ ਜੀਏ ਤੇ ਚੱਲ ਐਸ਼ੀ ਹੋ ਜੂਗੀ ਤੇ ਹੁਣ ਮੈਨੂੰ ਜੋ ਫੀਡਬੈਕ ਆਈ ਹੈ ਕਿ ਸਰਕਾਰੀ ਨੌਕਰੀ ਵਾਲੇ ਸਿਰਫ ਢੀ ਬੈਠੇ ਨੇ ਯਾਰ ਇਹ ਤਾਂ ਕੰਮ ਹੀ ਬਹੁਤ ਕਰਾਉਣ ਲੱਗੇ ਗੱਲ ਨਹੀਂ ਰਹੀ ਹੈ ਹੁਣ ਉਹ ਕਹਿੰਦੇ हां वो वो कहंदे ने यार ਭਾਰਤੀਆ ਕਰ ਨਹੀਂ ਰਹੇ ਨਵੀਆਂ ਪੁਰਾਣੇ ਲੋਕ ਰਿਟਾਇਰ ਹੋਈ ਜਾ ਰਹੇ ਨੇ ਤੇ ਉਹ ਜਿਹੜਾ ਵਰਕ ਲੋਡ ਆ ਉਹ ਜਿਹੜੇ ਜਿਹੜੇ ਰੋਗ ਰਹਿ ਗਏ ਨੇ ਉਹਨਾਂ ਤੇ ਪਈ ਜਾ ਰਿਹਾ ਕੱਲ ਹੀ ਮੈਂ ਕਿਸੇ ਕੋਲ ਬੈਠਾ ਸੀ ਉਹ ਪ੍ਰੋਫੈਸਰ ਸੀਗੇ ਕਾਲਜ ਚ ਉਹ ਕਹਿੰਦੇ ਸੀ ਮੁੰਜੀ ਤਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਸੀ ਬਹੁਤ ਐਸ਼ ਕਰਦੇ ਸੀ 2 ਵਜੇ ਛੁੱਟੀ ਹੁੰਦੀ ਸੀ ਆਰਾਮ ਨਾਲ ਘਰੇ ਆ ਜਾਂਦੇ ਸੀਗੇ ਯਾਰ ਪਤਾ ਨਹੀਂ ਕਹਿੰਦੇ ਆ ਕੀ ਹੋਈ ਜਾ ਰਿਆ ਸਾਨੂੰ ਪੁੱਠੇ ਪੁੱਠੇ ਜੇ ਕੰਮ ਸਾਨੂੰ ਹੋਰ ਵਧਾਈ ਜਾ ਰਹੇ ਨੇ ਕੰਪੀਟੀਸ਼ਨ ਆਈ ਜਾ ਰਿਆ ਤੇ ਸਾਨੂੰ ਸਾਡੇ ਕੋਲ ਟਾਈਮ ਨਹੀਂ ਰਹੇਗਾ ਹੁਣ ਗਵਰਨਮੈਂਟ ਜੌਬ ਵਾਲੇ ਦੀ ਉਹ ਗਵਰਨਮੈਂਟ ਜੌਬ ਨਹੀਂ ਰਹੀ ਹੁਣ ਉਸ ਟਾਈਪ ਦੀ ਤੇ ਫਿਰ ਇਹ ਦੋਨੋਂ ਬੈਠ ਕੇ ਜਦੋਂ ਬੈਠਦੇ ਨੇ ਸਲਾਹ ਕਰਦੇ ਨੇ ਉਹ ਕਹਿੰਦੇ ਨੇ ਆਪਣੇ ਵਰਤੋਂ ਐਨ ਆਰ ਆਈ ਵਧੀਆ ਰਹਿ ਗਏ ਬਾਹਰ ਨਿਕਲ ਗਏ ਹਨਾ ਮਰ ਲੈ ਦੇ ਕੇ ਲੈ ਦੇ ਕੇ ਅਸੀਂ ਕੰਮ ਤੋਂ ਘਰ ਘਰ ਤੋਂ ਕੰਮ ਕੰਮ ਤੋਂ ਘਰ ਘਰ ਤੋਂ ਕੰਮ ਜੇ ਪੈਸਾ ਬਣਾ ਵੀ ਲਿਆ ਤੇ ਪੈਸੇ ਦੇ ਬਾਵਜੂਦ ਵੀ ਅਸੀਂ ਉਹਨੂੰ ਆਪਣੀ ਲਾਈਫ ਨਹੀਂ ਜਿਉ ਪਾਰੇ ਤੇ ਚਾਰ ਪੰਜ ਬਿਮਾਰੀਆਂ ਸੀ ਹੋਰ ਨਾਲ ਲੈ ਲਈਆਂ ਬਿਮਾਰ ਬਿਮਾਰ ਬਿਮਾਰੀਆਂ ਸਾਰੇ ਜੌਬ ਲਈ ਸੀ ਵੀ ਚਲੋ ਇੱਥੇ ਆਰਾਮ ਹੈ ਵੀ ਉਹ ਆਰਾਮ ਵੀ ਨਹੀਂ ਮਿਲਿਆ ਤੇ ਜਿਹੜਾ ਕੰਪਰੋਮਾਈਜ਼ ਕੀਤਾ ਸੀ ਪੈਸੇ ਨਾਲ ਉਹ ਪੈਸਾ ਵੀ ਨਹੀਂ ਮਿਲਿਆ ਦੋਨੇ ਪਾਸਿਓਂ ਤੋਂ ਉਹਨਾਂ ਨੂੰ ਘਾਟ ਘਾਟ ਮਿਲਦੀ ਹੈ ਲੱਗਦੀ ਹੈ ਹਾਂ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਬੈਟਰ ਹੈ ਕਿ ਉਹ ਬਾਹਰ ਨਿਕਲ ਕੇ ਜਿਹੜੇ ਉਹ ਠੀਕ ਹੈ ਹੈਨਾ ਤੇ ਹਾਂ ਜਿਹੜੇ ਬਾਹਰ ਨਿਕਲ ਕੇ ਉਹ ਠੀਕ ਨੇ ਪੇਰ ਬਾਹਰ ਬਾਹਰ ਦਾ ਜੋ ਮੈਨੂੰ ਇੱਕ ਫੀਲ ਆ ਰਿਹਾ ਕਿ ਜੋ ਤੁਹਾਨੂੰ ਸ਼ਾਇਦ ਨਾ ਸਮਝ ਆਵੇ ਨਾ ਮਤਲਬ ਤੁਸੀਂ ਅਬਜ਼ਰਵ ਕੀਤਾ ਹੋਊਗਾ ਐਕਚੁਅਲ ਚ ਕੀ ਸੀ ਜਿਹੜੇ ਬਾਹਰ ਨਿਕਲ ਕੇ ਸਪੈਸ਼ਲੀ ਕਾਰਪੋਰੇਟ ਚ ਗਏ ਨੇ ਉਹਨਾਂ ਉਹਨਾਂ ਦੀ ਜੌਬ ਦਾ ਲੈਵਲ ਯੂਨੀਵਰਸਲ ਆ ਉਹ ਨੈਸ਼ਨਲ ਨਹੀਂ ਹੈਗਾ ਸਮਝ ਰਹੇ ਹੋ ਹਾਂ ਤਾਂ ਇਹ ਕੀ ਹੈ ਇਟਸ ਅ ਨੈਕਸਟ ਲੈਵਲ ਆਫ ਪਾਇਰਾਮਿਡ ਤੁਸੀਂ ਹਾਰਾਰਕੀ ਚ ਉੱਪਰ ਚੜ ਚੁੱਕੇ ਹੋ ਤੇ ਉੱਥੇ ਤੁਹਾਡਾ ਸਕਿੱਲ ਸੈਟ ਡਿਫਰੈਂਟ ਆ ਬਿਲਕੁਲ ਹੀ ਜੇ ਕੋਈ ਬੰਦਾ ਕਹਿ ਰਿਹਾ ਕਿ ਮੈਂ ਭਾਈ ਇੰਡੀਆ ਚੁਰੇ ਡੀਐਸਪੀ ਲਗਿਆ ਜਾਂ ਮੈਂ ਪ੍ਰਾਈਵੇਟ ਦੇ ਵਿੱਚ ਸੇਲਸ ਦਾ ਮਾਰਕੀਟਿੰਗ ਦਾ ਮੈਂ ਕੁਝ ਚੁਰੇ ਹੈਗਾ ਹੈਡ ਤਾਂ ਇਹ ਇਹ ਉਹਨਾਂ ਦੋਨਾਂ ਦਾ ਸਕਿੱਲ ਸੈੱਟ ਬਿਲਕੁਲ ਡਿਫਰੈਂਟ ਹੈ ਜਿਹੜਾ ਉੱਥੇ ਜਾਊਗਾ ਹੁਣ ਐਪ ਚਾਹੀਦੇ ਨੇ ਐਪ ਬਣਾਣਾ ਹਨਾ ਮੋਬਾਈਲ ਸੈਂਟ੍ਰਿਕ ਕੰਮ ਆ ਤੁਹਾਡੀ ਜਾਣ ਪਛਾਣਾ ਤਾਂ ਕੰਪਿਊਟਰ ਨੇ ਦੇਖਣੀ ਆ ਨਹੀਂ ਉੱਥੇ ਤਾਂ ਕੰਪਿਊਟਰ ਨੇ ਦੇਖਣਾ ਕਿ ਤੁਹਾਡਾ ਪ੍ਰੋਗਰਾਮਿੰਗ ਮਾਈਂਡ ਕਿੰਨਾ ਅੱਛਾ ਹੈ ਤੁਸੀਂ ਸਿਸਟਮਸ ਨੂੰ ਕਿੰਨਾ ਅੱਛਾ ਰਨ ਕਰ ਸਕਦੇ ਹੋ ਇਮੋਸ਼ਨਸ ਨਹੀਂ ਹੈਗੇ ਉਹ এডਿਕੇਸ਼ਨ ਸੈਂਟਰੀ ਕਾ ਜਾਦਾ ਕੋਈ ਸੇਲਸ ਦੀ ਜੌਬ ਕੀਤੀ ਨਹੀਂ ਹੈਗੀ ਤੇ ਨਾ ਮੇਰੇ ਆਸ-ਪਾਸ ਕੋਈ ਇੱਥੇ ਸੇਲਸ ਵਾਲਾ ਬੰਦਾ ਐਦਾਂ ਹੈਗਾ ਜਿਹੜਾ ਕਿ ਜੌਬ ਕਰਦਾ ਹੋਵੇ ਤੇ ਸੇਲਸ ਇੱਥੇ ਵੀ ਹੁੰਦੀ ਆ ਹੀ ਨਹੀਂ ਮਤਲਬ ਸੇਲ ਤਾਂ ਹੁੰਦੀ ਆ ਹੀ ਹਰ ਜੇ ਹਰ ਇੱਕ ਜਗ੍ਹਾ ਸੇਲ ਤੋਂ ਵਗੈਰਾ ਤਾਂ ਕੁਝ ਚੱਲਦਾ ਹੀ ਨਹੀਂ ਹੈਗਾ ਪਰ ਉਹ ਸੇਲਸ ਦਾ ਕ੍ਰਾਈਟੇਰੀਆ ਹੋ ਸਕਦਾ ਥੋੜਾ ਬਹੁਤ ਡਿਫਰੈਂਟ ਹੋਵੇ ਮਤਲਬ ਕਿ ਉਹ ਟੈਕਨੀਕ ਟੈਕਨੀਕਲ ਸੇਲਸ ਜਿਵੇਂ ਜਿਵੇਂ ਹ ਨਾ ਜੇ ਆਨੇ ਜਿਵੇਂ ਜਿਵੇਂ ਸੇਲਸ ਪਹਿਲਾਂ ਸੇਲ ਸੀਗੀਆਂ SIM ਕਾਰਡ ਵੇਕਦਾ ਸੀਗਾ ਹਨਾ ਐ ਵੇਕਦਾ ਸੀਗਾ ਹੁਣ ਜਦ ਆਪਾਂ ਸਮਾਨ ਹੀ ਲੈਣ ਜਾਂਦੇ ਸੀ ਸ਼ਾਪਸ ਚ ਜਾਂਦੇ ਸੀਗੇ ਮਾਲਾਂ ਚ ਜਾਂਦੇ ਸੀ ਦੁਕਾਨਾਂ ਚ ਲੈਣ ਹੁਣ Amazon ਤੇ ਥਰੂ ਸੇਲ ਹੋ ਰਹੀ ਆ ਉਹ ਆਪਾਂ ਨੂੰ ਟਰੈਕ ਕਰ ਰਿਆ ਐਲਗੋਰਿਦਮ ਤੁਸੀਂ ਅੱਜ ਕੀ ਸਰਚ ਕੀਤਾ ਤੁਸੀਂ ਆ ਚੀਜ਼ ਦੇਖ ਰਹੇ ਹੋ ਤੁਹਾਨੂੰ 100 ਆਪਸ਼ਨਸ ਆ ਜਾਣਗੇ 100 ਸਾਈਟਾਂ ਆ ਜਾਣਗੇ ਸਾਹਮਣੇ Instagram ਤੋਂ ਹੋ ਗਈ ਸੇਲਸ ਆਨਲਾਈਨ ਹੋ ਗਈਆਂ ਹਾਂ 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 ਆਨਲਾਈਨ ਹੋ ਗਿਆ ਤਾਂ ਤੁਸੀਂ ਯੂਨੀਵਰਸਲ ਹੋ ਗਿਆ ਤਾਂ ਜਦੋਂ ਯੂਨੀਵਰਸਲ ਹੋ ਗਿਆ ਤਾਂ ਤੁਹਾਨੂੰ ਘੱਟ ਲੋਕ ਹੀ ਲੱਗਣਗੇ ਉਸ ਕੰਮ ਨੂੰ ਕਿਤੇ ਹਰ ਦੇਸ਼ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਐਸਾ ਐਸਟੀਮੇਟ ਲਾਈ ਹਜ਼ਾਰ ਬੰਦਾ ਬੈਠਾ ਤਾਂ ਹੁਣ ਜੇ ਜੇ ਕੈਨੇਡਾ ਐ ਅਮਰੀਕਾ ਦੇ ਵਿੱਚ ਹੀ 2000 ਬੈਠ ਗਿਆ ਤਾਂ ਉਹਨੇ ਮਿਲਦਾ ਸਾਰੇ ਦੁਨੀਆ ਨੂੰ ਚਲਾ ਦੇਣਾ ਉਹਨੇ ਤੇ ਤੇ ਉਹ ਹੁਣ ਇਹਦੇ ਵਿੱਚ ਕੀ ਹੋ ਰਿਹਾ ਨਾ ਲੈ ਦੇ ਕੇ ਤਿੰਨੋਂ ਪਾਸੇ ਹੱਥ ਪੱਲਾ ਮਾਰ ਕੇ ਤੁਹਾਡੇ ਕੋਲ ਸੌਖਾ ਕਿਤੇ ਵੀ ਨਹੀਂ ਹੈਗੇ ਸੌਖਾ ਸਿਰਫ ਉਹ ਆ ਜੋ ਪੈਸ਼ਨੇਟ ਹੋ ਕੇ ਕੰਮ ਕਰ ਰਿਹਾ ਤੇ ਉਹ ਮਜ਼ਾ ਲੈ ਰਿਹਾ ਚਾਹੇ ਉਹ ਕਾਰਪੋਰੇਟ ਚ ਕਰ ਰਿਹਾ ਚਾਹੇ ਉਹ ਸਰਕਾਰੀ ਨੌਕਰੀ ਚ ਕਰ ਰਿਹਾ ਚਾਹੇ ਉਹ ਐਨ ਆਰ ਆਈ ਐਨ ਆਰ ਆਈ ਕਰ ਰਿਹਾ ਟਰੱਕ ਚ ਲਾ ਰਿਹਾ ਜਦੋਂ ਬੰਦਾ ਪੈਸ਼ਨੇਟ ਹੋ ਕੇ ਕੰਮ ਕਰਦਾ ਉਸ ਨੂੰ ਟਾਈਮ ਫੀਲ ਨਹੀਂ ਹੁੰਦਾ ਕਿ ਮੈਂ ਕੰਮ ਤੇ ਆ ਉਹਨੂੰ ਐਂ ਲੱਗਦਾ ਕਿ ਮੈਂ ਤਾਂ ਮੈਂ ਤਾਂ ਇੰਜੋਏ ਕਰ ਰਹੇ ਬੇਸਿਕਲੀ ਆਪਣਾ ਆਪਣਾ ਸਟ्रेस ਜੋ ਆਪ ਨੂੰ ਸਟ्रेस ਦਿੰਦੀ ਹੈ ਜੋ ਉਹ ਤਾਂ ਨਿਕਲ ਕੇ ਬਾਹਰ ਜੇ ਤੁਸੀਂ ਕੰਮ ਕਰੋਗੇ ਵੀ ਤੁਹਾਨੂੰ ਸਟ्रेस ਨਹੀਂ ਹੋਣਾ ਚਾਹੀਦਾ ਜੌਬ ਦੇ ਵਿੱਚ ਤੁਸੀਂ ਇੰਜੋਏ ਕਰਨੇ ਚਾਹੀਦੇ ਥੋੜਾ ਆਪਣਾ ਕੰਮ ਹਨਾ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਫਿਰ ਠੀਕ ਹੈ ਮਤਲਬ ਫਿਰ ਉਹ ਪ੍ਰੋਬਲਮ ਨਹੀਂ ਆਉਂਦੀ ਤੇ ਇਹਦੇ ਲਈ ਜ਼ਰੂਰੀ ਨਹੀਂ ਕਿ ਆਪਾਂ ਇੱਕ ਪਰਟੀਕੂਲਰ ਟਾਈਪ ਦੀ ਜੌਬ ਵਿੱਚ ਹੋਈਏ ਜਾਂ ਫਿਰ ਆਪਾਂ ਕਾਰਪੋਰੇਟ ਸੈਕਟਰ 'ਚ ਹੋਈਏ ਹਨਾ ਹਾਂ ਇਹ ਵੀ ਵਧੀਆ ਸੋਚ ਹੈ ਕਿ ਹਾਂ ਆਉਣ ਵਾਲਾ ਫਿਊਚਰ ਇਸੀ ਚੀਜ਼ ਦਾ ਹੈ ਤੇ ਤੇ ਦੂਸਰਾ ਇਹਦੇ ਇਹ ਇਹਦੇ ਚ ਨਾ ਫ੍ਰੀडम ਬੜੀ ਮੈਟਰ ਕਰਦੀ ਆ ਜਦੋਂ ਤੁਸੀਂ ਪੈਸ਼ਨ ਨਾਲ ਚੱਲਦੇ ਹੋ ਨਾ ਤੁਸੀਂ ਸਿਸਟਮ ਦੇ ਵਿੱਚ ਪੈਸ਼ਨ ਨਾਲ ਚੱਲਣਾ ਬਲੌਕ ਆ ਵੱਡੇ ਸਿਸਟਮ ਚ ਤਾਂ ਇਹਦੇ ਚ ਜਿਵੇਂ ਹੁਣ ਮੰਨ ਕੇ ਚੱਲੋ ਚਾਹੇ ਤੁਸੀਂ ਜਿੰਨੇ ਮਰਜੀ ਪੈਸ਼ਨੇਟ ਹੋ ਡਰਾਈਵਿੰਗ ਨੂੰ ਲੈ ਕੇ ਜੇ ਤੁਹਾਨੂੰ ਤੁਹਾਡਾ ਦਿਲ ਕਰ ਰਿਹਾ ਵੈ ਟਰੱਕ ਚਲਾ ਰਿਆਂ ਹਨਾ ਜੇ ਤੁਹਾਨੂੰ ਰੋਜ਼ ਹੀ ਉਹ ਬੋਰਿੰਗ ਰੂਟ ਮਿਲ ਜਵੇ ਕੋਈ ਤੁਹਾਡਾ ਦਿਲ ਕਰ ਰਿਹਾ ਮੈਂ ਟਰੱਕ ਨੂੰ ਉਧਰ ਨੂੰ ਲੈ ਕੇ ਜਾਵਾਂ ਤੁਸੀਂ ਲੈ ਕੇ ਨਹੀਂ ਜਾ ਸਕਦੇ ਠੀਕ ਆ ਤੁਸੀਂ ਤਾਂ ਉਸੇ ਰੂਟ ਤੇ ਟਰੱਕ ਚਲਾਵੋਗੇ ਜਿਸ ਰੂਟ ਤੇ ਸਟਾਰਟਿੰਗ ਤੁਸੀਂ ਕਰ ਲਈ ਸੀ ਯਾਰ ਮੈਨੂੰ ਡਰਾਈਵਿੰਗ ਬੜੀ ਪਸੰਦ ਆ ਹਾਂ ਜਿੱਥੇ ਬੋਲਿਆ ਜਾਏਗਾ ਤਾਂ ਇਹ ਹੁਣ ਜਿੰਨੇ ਵੀ ਵੱਡੇ ਕਾਰੋਬਾਰ ਨੇ ਚਾਹੇ ਉਹ ਬਾਹਰ ਬਾਹਰੋਂ ਕੰਪਨੀਆਂ ਦਾ ਹੋ ਗਿਆ ਠੋਡਾ ਚਾਹੇ ਇੰਡੀਆ ਦਾ ਸਰਕਾਰੀ ਜੌਬ ਹੋ ਗਈ ਜਾਂ ਇੱਥੇ ਦਾ ਕਾਰਪੋਰੇਟ ਹੋ ਗਿਆ ਕੋਈ ਵੱਡਾ ਤਾਂ ਤਿੰਨਾ ਚਈ ਪ੍ਰੋਬਲਮ ਆ ਰਹੀ ਹੈ ਕਿ ਉਹ ਬੰਦੇ ਦਾ ਪੈਸ਼ਨ ਹੌਲੀ-ਹੌਲੀ ਮਰ ਜਾਂਦਾ ਤੇ ਉਹ ਤਾਂ ਫ੍ਰੀਲੈਂਸਰਸ ਦਾ ਵਨ ਆ ਰਿਹਾ ਏ ਜਿਹੜਾ ਅੱਗੇ ਜ਼ਮਾਨਾ ਆ ਰਿਹਾ ਫ੍ਰੀ ਲੈਂਸਰਸ ਆ ਰਿਹਾ ਕਿਉਂਕਿ ਫ੍ਰੀ ਲੈਂਸਰ ਜੌਬਸ ਆ ਰਹੀਆਂ ਨੇ ਜਿਦੇ ਚ ਕੀ ਬੰਦਾ ਆਪਣਾ ਸਕਿੱਲ ਯੂਜ਼ ਕਰਕੇ ਪਰਮਨੈਂਟ ਨਹੀਂ ਰੱਖਦਾ ਕੰਮ ਨੂੰ ਉਹ ਕੰਟਰੈਕਟ ਬੇਸਿਸ ਤੇ ਜਾਂ ਪ੍ਰੋਜੈਕਟ ਬੇਸਿਸ ਤੇ ਜਿਵੇਂ ਆਪਾਂ ਕਹਿੰਦੇ ਸੀਗੇ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਉਸ ਟਾਈਪ ਦੀਆਂ ਜੌਬਸ ਜੌਬਸ ਤਾਂ ਨਹੀਂ ਖੈਰ ਉਹ ਫ੍ਰੀ ਲੈਂਸਿੰਗ ਜਿਵੇਂ ਤੂੰ ਕਹਤਾ ਵੀ ਇੱਕ ਬੰਦੇ ਨੇ ਇੱਕ ਜਗ੍ਹਾ ਕੰਮ ਕਰ ਲਿਆ ਫਿਊਚਰ ਵਿੱਚ ਲੱਗ ਰਿਹਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਹੋਏਗਾ ਉਹ ਫ੍ਰੀ ਲੈਂਸ ਤੇ ਮੋਰਓਵਰ ਜਿਹੜਾ ਅੱਜ ਕੱਲ ਦਾ ਯੂਥ ਹੈ ਨਾ ਉਹ ਹੈਗਾ ਵੀ ਇਸ ਟਾਈਪ ਦਾ ਹੈ ਮਤਲਬ ਉਹ ਆਜ਼ਾਦ ਪੰਛੀ ਬਣ ਕੇ ਖੁਸ਼ ਹੈ ਜਿਆਦਾ ਉਹਨੂੰ ਉਹ ਲੋਕ ਨਾ ਹੈਗੇ ਮਨੀ ਓਰੀਐਂਟਡ ਨੇ ਬਹੁਤ ਜਿਆਦਾ ਅੱਜ ਕੱਲ ਦੇ ਜਿਹੜੇ ਬੱਚੇ ਨੇ ਪੂਰੇ ਮਨੀ ਓਰੀਐਂਟਡ ਨੇ ਪਰ ਉਹ ਉਹਨਾਂ ਨੂੰ ਪੈਸਾ ਨਾ ਸਿਰਫ ਆਪਣੇ ਲਈ ਚਾਹੀਦਾ ਹੈ ਮਤਲਬ ਉਹਨਾਂ ਨੇ ਉਹ ਹੀ ਨਹੀਂ ਦੇਖਦੇ ਵੀ ਅਸੀਂ ਪਰਿਵਾਰ ਬਣਾਣਾ ਹੈ ਅਸੀਂ ਘਰ ਬਣਾਣਾ ਹੈ ਬਣਾਣਾ ਹੈ ਉਹਦੀ ਕਿਸ਼ਤਾਂ ਪੇ ਕਰਨੀਆਂ ਨੇ ਅਸੀਂ ਬੱਚੇ ਪੈਦਾ ਕਰਨੇ ਨੇ ਉਹਦੀ ਜਗ੍ਹਾ ਤੇ ਬਹੁਤ ਸੈਲਫ ਸੈਂਟਰਡ ਹੋ ਚੁੱਕੇ ਨੇ ਅੱਜ ਦੇ ਡੇਟਸ ਮਤਲਬ ਇਵਨ ਬਹੁਤ ਸਾਰੇ ਯੂਥ ਹੈ ਜਿਹੜਾ ਕਹਿੰਦੇ ਕਿ ਅਸੀਂ ਵਿਆਹ ਹੀ ਨਹੀਂ ਕਰਾਉਣਾ ਸੀ ਬੱਚੇ ਹੀ ਨਹੀਂ ਪੈਦਾ ਕਰਨੇ ਕਿਉਂਕਿ ਉਹ ਤਾਂ ਖਰਚੇ ਦਾ ਘਰ ਹੁੰਦੇ ਨੇ ਬੇਸਿਕਲੀ ਰਾਈਟ ਤੇ ਉਹ ਆਪਣੇ ਲਈ ਹੀ ਲੋਕ ਜੀਣਾ ਚਾਹੁੰਦੇ ਨੇ ਵੀ ਸਿਰ ਸਿਰ ਅਸੀਂ ਆਪਣੀ ਲਾਈਫ ਤੇ ਫੋਕਸ ਕਰ ਲਈਏ ਤੇ ਉਹਨਾਂ ਹੀ ਸਾਡੇ ਲਈ ਬਹੁਤ ਹੈ ਬਹੁਤ ਹੈ ਤੇ ਉਹ ਫੋਕਸ ਦੇ ਵਿੱਚ ਤੁਹਾਡਾ profession ਵੀ ਆ ਜਾਂਦਾ ਵੀ ਤੁਸਾਂ ਪੈਸ਼ਨੇਟ ਹੋਣਾ ਚਾਹੀਦਾ ਤੁਹਾਡਾ profession ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹੈ ਨਾ enjoy ਕਰਨਾ ਚਾਹੀਦਾ ਹੈ ਪੈਸਾ ਕਮਾਓ ਦੱਬ ਕੇ ਕਮਾਓ ਮਰਸੀਡੀਆਂ ਕਾਰਾਂ ਲੋ ਆਪਣੇ ਲਈ ਲੋ ਤੁਸੀਂ ਆਪ ਵਿੱਚ ਬੈਠ ਕੇ ਐਸ਼ ਕਰੋ ਉਹਦੇ ਤੇਰਾ ਨਹੀਂ ਇਹ 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 ਇਹਦੇ ਚ ਨਹੀਂ ਇਹਦੇ ਚ ਇੱਕ ਇਸ ਤੋਂ ਬਾਅਦ ਪੈਸ਼ਨ ਜਦੋਂ ਬੰਦਾ ਪੈਸ਼ਨ ਹੋ ਜਾਂਦਾ ਨਾ ਬੰਦਾ ਹਰ ਕਿਸੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਹੁੰਦਾ ਜਦੋਂ ਬੰਦਾ ਪੈਸ਼ਨੇਟ ਹੁੰਦਾ ਤਾਂ ਇਹਦੇ ਚ ਇੱਕ ਇੱਕ ਲੈਵਲ ਇਹ ਵੀ ਆ ਜਾਂਦਾ ਜਿਹੜਾ ਆਣਾ ਹੀ ਚਾਹੀਦਾ ਕਿ ਤੁਸੀਂ ਪੈਸੇ ਨੂੰ ਵੀ ਸਾਈਡ ਰੱਖ ਕੇ ਪੈਸ਼ਨ ਨੂੰ ਫੋਲੋ ਕਰਦੇ ਹੋ ਤੇ ਉਦੋਂ ਤੁਸੀਂ ਜਦੋਂ ਪ੍ਰੋਜੈਕਟ ਬਣਾਇਆ ਜਾਂ ਤੁਸੀਂ ਕੋਈ ਸੋਲੂਸ਼ਨ ਚ ਪਰ ਟੀਮ ਬਣਾ ਰਹੇ ਹੋ ਤੇ ਤੁਸੀਂ ਕਹਿ ਦਿੰਦੇ ਹੋ ਯਾਰ ਕਿ ਬਹੁਤ ਫਿਲਮ ਮੈਂ ਬਹੁਤ ਫਿਲਮ ਸਟਾਰ ਦੇਖੇ ਨੇ ਵੱਡੇ ਵੱਡੇ ਕਹਿੰਦਾ ਮੈਨੂੰ ਸਕ੍ਰਿਪਟ ਪਸੰਦ ਆ ਗਈ ਸੀਗੀ ਪਰ ਮੈਨੂੰ ਪਤਾ ਸੀ ਇਹਨਾਂ ਦਾ ਬਜਟ ਨਹੀਂ ਹੈਗਾ ਮੈਂ ਤਾਂ ਵੀ ਕਰਤੀ ਮੈਂ ਪੀਆਫ ਕੋਸਟ ਮੂਵੀ ਕਰਤੀ ਬਿਯੋਂਡ ਇੱਕ ਲੈਵਲ ਆਫ ਅਰਨਿੰਗ ਤੇ ਪਹੁੰਚ ਜਾਣੇ ਹੋ ਨਾ ਫਿਰ ਤੁਸੀਂ ਉਸ ਲੈਵਲ ਤੇ ਪਹੁੰਚ ਜਾਂਦੇ ਕਿ ਡਸਨਟ ਮੈਟਰ ਮਨੀ ਡਸਨਟ ਮੈਟਰ ਪਰ ਜਿਹੜੀ ਆਪਣੀ 90% ਜਨਤਾ ਹੈ 95% ਜਨਤਾ ਹੈ ਉਹ ਤਾਂ ਉਸ ਲੈਵਲ ਤੇ ਪਹੁੰਚ ਹੀ ਨਹੀਂ ਨਾ ਹੈਗੀ ਉਹਨਾਂ ਦਾ ਫੋਕਸ ਹੁੰਦਾ ਹੈ ਉਹਨਾਂ ਦਾ ਫੋਕਸ ਮੈਂ ਉਹੀ ਕਹਿ ਰਿਹਾ ਨਾ ਮੈਨੂੰ ਲਾਈਫ ਚ ਪੈਸਾ ਬਹੁਤ ਬਣਾਉਣਾ ਹੈ ਮੈਨੂੰ ਮੈਂ ਉਹੀ ਕਹਿ ਰਿਹਾ ਮੈਂ ਮੈਂ ਉਹੀ ਕਹਿ ਰਿਹਾ ਫਿਰ ਪੈਸ਼ਨ ਹੀ ਪੈਸਾ ਬਣਾਣਾ ਫਿਰ ਤੁਸੀਂ ਪੈਸੇ ਪਿੱਛੇ ਹੀ ਸਰਕਾਰੀ ਨੌਕਰੀ ਲਿੱਤੀ ਜੀ ਪੈਸੇ ਪਿੱਛੇ ਹੀ ਤੁਸੀਂ ਕਾਰਪੋਰੇਟ ਲਿੱਤੀ ਪੈਸੇ ਪਿੱਛੇ ਤੁਸੀਂ ਬਾਹਰ ਗਏ ਹੋ ਤੇ ਮੈਨੂੰ ਲੱਗਦਾ ਕਿ ਹੁਣ ਉਸ ਉਸ ਟਾਈਪ ਦੇ ਲੋਕਾਂ ਦਾ ਨਾ ਜ਼ਿਆਦਾ ਟਾਈਮ ਬਚਿਆ ਨਹੀਂ ਉਹ ਲਾਸਟ ਮੂਮੈਂਟ ਜੀਆਂ ਚੱਲ ਰਹੀਆਂ ਨੇ ਵਰਲਡ ਲੈਵਲ ਤੇ ਜੇ ਅਗਰ ਲਈਏ ਤੇ ਇਹ ਲੋਕ ਨਹੀਂ ਜ਼ਿਆਦਾ ਸਰਵਾਈਵ ਕਰ ਸਕਣਗੇ ਜਿਹੜੇ ਪੈਸੇ ਨੂੰ ਦਿਮਾਗ ਚ ਰੱਖ ਕੇ ਹੁਣ ਟਾਈਮ ਆ ਰਿਹਾ ਸੋਲਿਊਸ਼ਨਸ ਦਾ ਸੋਲਿਊਸ਼ਨ ਤੁਸੀਂ ਜਿਹੜਾ ਬੰਦਾ ਪ੍ਰੋਬਲਮ ਸੋਲਵ ਕਰ ਸਕੂਗਾ ਪੈਸਾ ਬਾਅਦ ਆ ਮਤਲਬ ਬਹੁਤ ਸਾਰੇ ਲੋਕ ਹੋਣਗੇ ਜਦੋਂ ਕੰਪੀਟੀਸ਼ਨ ਵਧੂਗਾ ਬਹੁਤ ਸਾਰੇ ਅਜਿਹੇ ਲੋਕ ਵੀ ਹੋਣਗੇ ਜਿਹੜੇ ਕਹਿਣਗੇ ਕਿ ਮੈਂ ਪੈਸੇ ਤੋਂ ਬਿਨਾ ਵੀ ਤੈਨੂੰ ਸੋਲੂਸ਼ਨ ਦੇ ਦਿੰਦਾ ਕਿਉਂਕਿ ਜਗ੍ਹਾ ਹੀ ਨਹੀਂ ਹੈਗੀ ਮਤਲਬ ਇੰਨੇ ਵੇਲੇ ਲੋਕ ਹੋਣਗੇ ਜਦੋਂ ਤੇ ਇੰਨੇ ਵੇਲੇ ਹੋਈ ਜਾ ਰਹੇ ਹੋਈ ਜਾ ਰਹੇ ਹੋਈ ਜਾ ਰਹੇ ਨੇ ਤਾਂ ਕਾਫੀ ਜ਼ਿਆਦਾ ਲੋਕ ਅਜਿਹੇ ਵੀ ਹੋਣਗੇ ਜਿਹੜਾ ਘੱਟ ਪੈਸੇ 'ਚ ਵੀ ਕਰਨਗੇ ਜਾਂ ਪੈਸੇ ਤੋਂ ਬਿਨਾ ਵੀ ਕਰ ਲਾਏ ਜਾਣਗੇ ਅਗਲਾ ਕਹਿੰਦਾ ਯਾਰ ਮੇਰੇ ਕੋਲ ਤਾਂ ਦਾਦੇ ਪੜਦਾਦਿਆਂ ਦਾ ਬਥੇਰਾ ਪਿਆ ਇਹ ਆਪਾਂ ਦਾ ਸੇਵਾ ਮੰਗੂ ਆ ਗਏ ਬਹੁਤ ਬਹੁਤ ਆ ਗਏ ਨੇ ਮੈਂ ਦੇਖੇ ਇਸ ਟਾਈਪ ਦੇ ਲੋਕ ਜਿਹੜੇ ਕਹਿ ਰਹੇ ਨੇ ਕਿ ਯਾਰ ਅਸਟ ਆਪਣੀ ਲਾਈਫ ਚ ਸਿਰਫ ਬੇਬੈਕ ਕਰਨਾ ਆ ਰਹੇ ਆ ਤੇ ਉਦੋਂ ਉਹ ਲੋਕ ਫਿਰ ਜਿਹੜੇ ਲੋਕ ਪੈਸਾ ਦੇ ਕੇ ਸੋਲੂਸ਼ਨ ਦੇ ਰਹੇ ਉਹਨਾਂ ਵਾਸਤੇ ਚੈਲੰਜ ਬਣ ਜਾਂਦੇ ਨੇ ਨਹੀਂ ਨਹੀਂ ਮੈਂ ਇਹ ਚ ਇਹ ਚ ਪੈਸ਼ਨ ਪੈਸ਼ਨ ਡਰਿਵਨ ਮੈਂ ਲਗਾ ਪੈਸ਼ਨ ਡਰਿਵਨ ਮੈਂ 100% ਨਹੀਂ ਕਰਦੀ ਹੈਗੀ ਕਿਉਂਕਿ ਅ ਜੋ ਜੋ ਵੀ ਮੈਂ ਆਜ ਕਲ ਯੂਥ ਦੇਖਿਆ ਆਪਣੇ ਆਸ-ਪਾਸ ਉਹ ਉਹਨਾਂ ਲਈ ਪੈਸਾ ਬਹੁਤ ਜ਼ਰੂਰੀ ਹੁੰਦਾ ਹੈ ਮਤਲਬ ਇਨ ਸੈਂਸ ਕਿ ਪੈਸਾ ਉਹਨਾਂ ਦਾ ਕਾਫੀ ਹੱਦ ਤੱਕ ਇੱਕ ਮੋਟੀਮ ਹੁੰਦਾ ਹੈ ਪਰ ਉਹ ਪੈਸ਼ਨ ਪੈਸਾ ਨੂੰ ਨਾ ਆਪਣੇ ਪੈਸ਼ਨ ਨਾਲ ਅਟੈਚ ਕਰਨਾ ਚਾਹੁੰਦੇ ਨੇ ਮਤਲਬ ਉਹ ਚਾਹੁੰਦੇ ਨੇ ਕਿ ਮੈਂ ਮੈਂ ਪੈਸ਼ਨੇਟ ਹੋ ਕੇ ਕੰਮ ਕਰਾਂ ਤੇ ਜਦੋਂ ਮੈਂ ਕੰਮ ਕਰੂੰਗਾ ਤਾਂ ਮਨੀ ਮੇਰਾ ਬਾਈ-ਪ੍ਰੋਡਕਟ ਆਊਗਾ ਨਾਲ ਉਹਦੇ ਹੈਨਾ ਔਰ ਮਨੀ ਨੂੰ ਬਿਲਕੁਲ ਪਾਸੇ ਨਹੀਂ ਰੱਖਦੇ ਹੈਗੇ ਉਹ ਮਨੀ ਨੂੰ ਕਾਫੀ ਸੈਂਟਰ ਚ ਰੱਖਦੇ ਨੇ ਦੋਨੇ ਚੀਜ਼ਾਂ ਨੂੰ ਬੈਲੈਂਸ ਕਰਦੇ ਨੇ ਉਹ ਪੈਸ਼ਨ ਪਲੱਸ ਮਨੀ ਨੂੰ ਲੈ ਕੇ ਦੋਨੇ ਚੀਜ਼ਾਂ ਨੂੰ ਲੈ ਕੇ ਚੱਲਦੇ ਨੇ ਉਹ ਹਾਂ ਮੈਂ ਉਹੀ ਕਹਿ ਰਿਹਾ ਨਾ ਉਹ ਜਿਹੜੇ ਲੋਕ ਇਸ ਟਾਈਪ ਦੇ ਲੋਕ ਨੇ ਜਿਹੜੇ ਪੈਸੇ ਨੂੰ ਫੋਕਸ ਚ ਰੱਖ ਕੇ ਸੋਲੂਸ਼ਨ ਕੱਢ ਰਹੇ ਨੇ ਜਿਹੜੇ ਲੋਕ ਤੇ ਹੁਣ ਮਤਲਬ ਇਹ ਅੱਗੇ ਆਊਗੀ ਇਹ ਪ੍ਰੋਬਲਮ ਆਊਗੀ ਆਊਗੀ ਆਰਟਿਸਟਸ से ਆ ਜਾਂਦੀ ਹੈ ਪ੍ਰੋਬਲਮ ਆਰਟਸ ਵਾਲਿਆਂ ਚ ਆ ਜਾਂਦੀ ਹੈ ਜਿਹੜੇ ਆਰਟਿਸਟ ਵਗੈਰਾ ਨੇ ਐਕਟਰਸ ਨੇ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਹੜੇ ਫਿਰ ਰਿਜੈਕਟ ਕਰਨ ਲਾ ਜਾਂਦੇ ਨੇ ਪੈਸੇ ਦੀ ਰੈਗੂਲਰ ਫਲੋ ਨੂੰ ਉਸ ਤੋਂ ਵੀ ਬਾਹਰ ਨਿਕਲ ਜਾਂਦੇ ਨੇ ਉਹ ਇੰਨੇ ਪੈਸ਼ਨੇਟ ਹੋ ਜਾਂਦੇ ਨੇ ਇੰਨੇ ਪੈਸ਼ਨੇਟ ਹੋ ਜਾਂਦੇ ਨੇ ਕਿ ਉਹ ਫਿਰ ਪੰਗੇ ਲੈਂਦੇ ਨੇ ਆਪਾਂ ਕਹਿੰਦੇ ਨੇ ਪੰਗੇ ਲੈਣ ਵਾਲੇ ਲੋਕ ਨੇ ਚੰਗਾ ਭਲਾ ਸੀਗਾ ਉਹੀ ਖੇ ਖਰਾਬ ਕਰਕੇ ਬਹਿ ਗਿਆ ਤਾਂ ਜੋ ਆਈਡੀਆ ਆਈਡੀਆ ਪਸੰਦ ਆ ਗਿਆ ਕ੍ਰੀਏਟੀਵਿਟੀ ਆ ਗਈ ਉਹਨਾਂ ਦਾ ਇਹਨੇ ਪੈਸ਼ਨੇਟ ਹੁੰਦੇ ਨੇ ਉਹ ਘਾਟੇ 'ਚ ਵੀ ਜਾਣ ਨੂੰ ਤਿਆਰ ਨੇ ਉਹ ਨੂੰ ਕਰਨ ਕਰਨ ਟਰਾਈ ਕਰਨ ਦੇ ਚੱਕਰਾਂ 'ਚ ਤੇ ਦੂਜੀ ਗੱਲ ਦੂਜੀ ਗੱਲ ਆਪਣੇ ਆਪਣੇ ਪੈਸ਼ਨ ਸਮਝ ਦੇਣਾ ਤੁਹਾਡੀ ਉਮਰ ਨਿਕਲ ਜਾਂਦੀ ਹੈ ਮਤਲਬ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਜਾਨਣਾ ਹੈ ਨਾ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਵੀ ਮੈਨੂੰ ਕੀ ਚੀਜ਼ ਪਸੰਦ ਹੈ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਆ ਚੀਜ਼ ਪਸੰਦ ਆ ਪਰ ਆਪਾਂ ਨੂੰ 100% ਉਹ ਚੀਜ਼ ਪਸੰਦ ਹੁੰਦੀ ਨਹੀਂ ਹੈਗੀ राइट ਆਪਾਂ ਆਪਣਾ ਦਿਮਾਗ ਜਿਹੜਾ ਹੁੰਦਾ ਆਪ ਨੂੰ ਬੜੇ ਅਜੀਬ ਜਿਬ ਜਗ੍ਹਾ ਤੇ ਲੈ ਕੇ ਜਾਂਦਾ ਹੈ ਸੋਚਾਂ ਆਪ ਜਿਹੜੀਆਂ ਸੋਚਦੇ ਆ ਉਹਨੂੰ ਸਮਝਦੇ ਸਮਝਦੇ ਹੀ ਤੁਸੀਂ ਕਈ ਵਾਰੀ 35 40 ਸਾਲਾਂ ਦੀ ਉਮਰ ਤੱਕ ਲੱਗੇ ਜਾਂਦਾ ਹੈ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਜੇ ਮੈਂ ਦੇਖ ਲਈ ਪਿਛਲੇ 12 15 ਸਾਲਾਂ ਤੋਂ ਕਾਫੀ ਵੇਲਾਂ ਜਾਈਆਂ ਤੇ ਪਹਿਲਾਂ ਤਾਂ ਬੇਲੇ ਦਿਮਾਗ ਹੀ ਸੋਚ ਪਾਂਦਾ ਐਨਾ ਸੋਚ ਸੋਚ ਕੇ ਵੀ ਆ ਫਿਰ ਉਸ ਤੋਂ ਬਾਅਦ ਇਹਨਾਂ ਸੂਚ ਸੋਚ ਕੇ ਵੀ ਅੱਜ ਵੀ ਕਲੈਰਟੀਾਂ ਜੀ ਨਹੀਂ ਨਹੀਂ ਹੈਗੀਆਂ ਹਜੇ ਵੀ ਹਜੇ ਵੀ ਅਸੀਂ ਰਿਸਰਚ ਕਰ ਰਹੇ ਹਾਂ ਤੇ ਪਰ ਮੈਂ ਉਸ ਬੰਦੇ ਬਾਰੇ ਸੋਚ ਰਿਹਾ ਜਿਹਦੇ ਕੋਲ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਤੇ ਉਹ ਤਾਂ ਐ ਲੱਗ ਰਿਹਾ ਹੁੰਦਾ ਕਿ ਬਾਬੇ ਆਦਮ ਦੇ ਜ਼ਮਾਨੇ ਚ ਜੋ ਯਾਰ ਨੇ ਵਿਚਾਰੇ ਉਹ ਸੋਚ ਹੀ ਨਹੀਂ ਰਹੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਤੇ ਦੂਸਰੀ ਗੱਲ ਜਿਹੜੀ ਆਪਾਂ ਮੇਨ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਸਰਕਾਰੀ ਨੌਕਰੀ ਵਾਲੇ ਨੇ ਹੁਣ ਇਹਨਾਂ ਦਾ ਇਹਨਾਂ ਦਾ ਜੀਤਾ ਕਰਦਾ ਕਿ ਅਸੀਂ ਪੈਸਾ ਵੀ ਹੈਗਾ ਸਰਕਾਰੀ ਨੌਕਰੀ ਵਾਲੇ ਕੋਲ ਚੱਲ ਕਰਪਟ ਬੰਦਾ ਹੋਊ ਉਹਦੇ ਕੋਲ ਤਾਂ ਬਹੁਤ ਹੋਊਗਾ ਦੂਸਰਿਆਂ ਕੋਲ ਤੇ ਪਰ ਉਹ ਉਹਨੂੰ ਲਾਈਫ ਸਟਾਈਲ ਨਹੀਂ ਮਿਲ ਪਾਰ ਰਿਹਾ ਕਿਉਂਕਿ ਉਹਨੂੰ ਰਹਿਣਾ ਉਸੇ ਜਗ੍ਹਾ ਤੇ ਪੈ ਰਿਹਾ ਜਿਸ ਜਗ੍ਹਾ ਤੇ ਉਸਦੀ ਪੋਸਟਿੰਗ ਆ ਤੇ ਜੇ ਪੋਸਟਿੰਗਾਂ ਤਾਂ ਵਾਈਫ ਦੀ ਕਿਤੇ ਪੋਸਟਿੰਗਾਂ ਬੰਦੇ ਦੀ ਕਿਤੇ ਪੋਸਟਿੰਗਾਂ ਉਹਨਾਂ ਨੇ ਆਪਣਾ ਘਰ ਸੁਪਨਿਆਂ ਦਾ ਘਰ ਬਣਾਇਆ ਸੀ ਕਿਤੇ ਸ਼ਹਿਰ 'ਚ ਚੰਡੀਗੜ੍ਹ 'ਚ ਬਣਾਇਆ ਹੋ ਸਕਦਾ ਦਿੱਲੀ 'ਚ ਬਣਾਇਆ ਹੋ ਸਕਦਾ ਲੁਧਿਆਣਾ 'ਚ ਬਣਾਇਆ ਹੋ ਸਕਦਾ ਤੇ ਉਹ ਸੁਪਨਿਆਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਜਾਂ ਉਹ ਵਾਂਸ ਵੀਕ ਦੀ ਮਾੜਾ ਮੋਟਾ ਟੱਕਰ ਦੇ ਨੇ ਉੱਥੇ ਪਹੁੰਚਦੇ ਨੇ ਤੇ ਆ ਫੇਰ ਰਹਿਣਾ ਪੈਂਦਾ ਬਿਲਕੁਲੀ ਇਹ ਜੇ ਏਰੀਆ ਚ ਗੰਦੇ ਗੰਦੇ ਏਰੀਆ ਚ ਕਿਉਂਕਿ ਗਵਰਨਮੈਂਟ ਜੌਬ ਨੂੰ ਤਾਂ ਹਰ ਜਗ੍ਹਾ ਉਹਨਾਂ ਨੂੰ ਸਪਲਾਈ ਦੇਣੀ ਆ ਉਹਨਾਂ ਨੇ ਬਾਰਡਰ ਜ਼ੋਨ ਚ ਵੀ ਦੇਣੀ ਆ ਹਰ ਜਗ੍ਹਾ ਸਪਲਾਈ ਦੇਣੀ ਆ ਤੇ ਫੇਰ ਜਦੋਂ ਪੈਸਾ ਵੀ ਪਿਆ ਬੈਂਕ ਚ ਉਹ ਛੁੱਟੀਆਂ ਤੇ ਵੀ ਨਹੀਂ ਜਾ ਪਾਰੇ ਕਿਉਂਕਿ ਉਹ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਤੇ ਮੈਂ ਜਿਹੜਾ ਮੇਨ ਡਿਫਰੈਂਸ ਦੱਸ ਰਿਹਾ ਕਾਰਪੋਰੇਟ ਦਾ ਬੰਦਾ ਨੂੰ ਇਨਸਿਕਿਉਰ ਆ ਕਾਰਪੋਰੇਟ ਵਾਲਾ ਦੁਖੀ ਹੋ ਕੇ ਰਿਜ਼ਾਈਨ ਕਰ ਦਿੰਦਾ ਮੈਂ ਵੀ ਕੀਤਾ ਸੀਗਾ ਹੈ ਦੇਖ ਕੇ ਕਿ ਯਾਰ ਇੱਥੇ ਤਾਂ ਯਾਰ ਖੱਜਲ ਖਵਾਰੀ ਉਹ ਚੱਲ ਚੱਲ ਪੈਸੇ ਜਾਦਾ ਵੀ ਦਿੰਦੇ ਹੁਣ ਜ਼ਿੰਦਗੀ ਤਾਂ ਹੈ ਹੀ ਨਹੀਂ ਹੈਨਾ ਤਾਂ ਕਾਰਪੋਰੇਟਰਾਂ ਦੇ ਗਵਰਨਮੈਂਟ ਵਾਲਿਆਂ ਦੇ ਵੀ ਨਹੀਂ ਕਰ ਪਾ ਰਿਆ ਬਿਕੋਜ਼ ਉਸ ਨੂੰ ਇਹ ਕਿ ਬਾਕੀ ਸਮਾਜ ਦੇ ਵਿੱਚ ਉਹ ਬਹੁਤ ਹਾਂ ਹਾਂ ਸੋਸ਼ਲ ਪ੍ਰੈਸ਼ਰ ਆ ਕਿ ਹਏ ਸਰਕਾਰੀ ਨੌਕਰੀ ਤੋਂ ਦੁਜ਼ਾਈਨ ਕਰਤਾ ਪੱਕੀ ਨੌਕਰੀ ਛੱਡਤੀ ਅਰੇ ਪੱਕੀ ਨੌਕਰੀ ਛੱਡਤੀ ਤੇ ਉਹ ਇੱਕ ਤਾਂ ਉਹ ਤਾਂ ਵੀ ਨਹੀਂ ਛੱਡ ਪਾ ਰਿਆ ਫਿਰ ਪੈਨਸ਼ਨਾਂ ਪੁੰਸ਼ਨਾਂ ਦਾ ਵੀ ਹੁੰਦਾ ਨਾ ਦਿਮਾਗ ਕੀ ਕਹਨੂ ਪੈਨਸ਼ਨਾਂ ਮਿਲਣੀਆਂ ਨੇ ਆ ਮਿਲਣਾ ਉਹ ਮਿਲਣਾ ਤੇ ਮੈਨੂੰ ਐਂ ਲੱਗਦਾ ਕਿ ਸਭ ਤੋਂ ਜ਼ਿਆਦਾ ਤੱਪ ਤਾਂ ਸਰਕਾਰੀ ਨੌਕਰੀ ਵਾਲੇ ਲੋਕ ਕਰ ਰਹੇ ਨੇ ਮੈਨੂੰ ਮੈਂ ਜਿੱਥੇ ਵੀ ਦੇਖਦਾ ਸਰਕਾਰੀ ਨੌਕਰੀ ਵਾਲੇ ਬਹੁਤ ਅੰਦਰੋਂ ਅੰਦਰੋਂ ਨਾ ਅ ਮਤਲਬ ਬਹੁਤ ਤਕਪ ਉਹਨਾਂ ਦਾ ਬਹੁਤ ਵੱਡੀ ਕੁਰਬਾਨੀ ਦੇ ਕਰ ਰਹੇ ਨੇ ਹਾਂ ਥੱਕੇ ਹੋਏ ਨੇ ਬਿਲਕੁਲ ਬੋਰਿੰਗ ਜੌਬ ਕਰਦੇ ਨੇ ਉਹ ਆ ਬਿਲਕੁਲ ਸਾਰਾ ਦਿਨ ਮਤਲਬ ਆਪਾਂ ਨਾ ਜੇਲ੍ਹ ਵਾਂਗੂ ਲੱਗਦਾ ਕਿ ਇੰਜੋਏ ਨਹੀਂ ਕਰ ਰਿਹਾ ਬੰਦੇ ਨੂੰ ਜਾਣਾ ਪੈਣਾ ਬੈਠਣਾ ਪੈਣਾ ਕਰਨਾ ਹੀ ਪੈਣਾ ਤੇ ਉਹਦੇ ਸਾਰਾ ਦਿਨ ਫੋਨ ਤੇ ਦੇਖੀ ਜਾਂਣਗੇ ਮੇਰੇ ਰਿਸ਼ਤੇਦਾਰ ਆ ਕੋਈ ਟਰੱਕ ਚਲਾ ਰਿਹਾ ਕੋਈ ਕੀ ਕਰ ਰਿਹਾ ਕੋਈ ਕਿੱਥੇ ਤੁਰਿਆ ਫਿਰਦਾ ਤੇ ਉਹ ਬੰਦੇ ਨੇ ਚਾ ਤੇ ਚੱਲ ਇੱਕ ਗਰੀਬ ਬੰਦਾ ਤਾਂ ਐ ਕਹਿ ਦਿੰਦਾ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਇੰਨੇ ਜੋਗਾ ਹੀ ਨਹੀਂ ਉਹਨੂੰ ਲੱਗਦਾ ਪੈਸਾ ਵੀ ਪਿਆ ਮੇਰੇ ਕੋਲ ਹੈ ਮੇਰੇ ਤਾਂ ਪਾਸਪੋਰਟ ਤੇ ਵੀਜ਼ੇ ਵੀ ਲੱਗੇ ਹੋਏ ਨੇ ਮੇਰੇ ਤਾਂ ਪਾਸਪੋਰਟ ਤੇ ਵੀਜ਼ੇ ਵੀ ਲੱਗੇ ਹੋਏ ਨੇ ਹੈ ਮੇਰੇ ਕੋਲ ਟਾਈਮ ਨਹੀਂ ਟਾਈਮ ਟਾਈਮ ਹੈਗਾ ਵੀ ਆ ਕੰਮ ਵੀ ਕੋਈ ਨਹੀਂ ਉੱਥੇ ਜਿੱਥੇ ਬੈਠਾ ਹੋ ਕੰਮ ਵੀ ਕੋਈ ਨਹੀਂ ਤੇ ਪਰ ਉਸ ਨੂੰ ਉਸ ਲੋਕੇਸ਼ਨ 'ਤੇ ਬੈਠਣਾ ਜ਼ਰੂਰੀ ਆ ਬਸ ਪ੍ਰੋਪਰਲੀ ਜਿਵੇਂ ਆਪ ਚਾਹੇ ਉਸ ਤਰੀਕੇ ਨਾਲ ਯੂਟਿਲਾਈਜ਼ ਨਹੀਂ ਕਰ ਸਕਦਾ ਉਹ ਇਹ ਯੂਟਿਲਾਈਜ਼ ਨਹੀਂ ਕਰ ਸਕਦਾ ਸਿਸਟਮਾਂ 'ਚ ਬੰਨਿਆ ਹੋਇਆ ਕੋਈ ਪ੍ਰਾਈਵੇਟ ਬਿਜ਼ਨਸ ਨਹੀਂ ਪੈਰਲਲ ਕਰ ਸਕਦਾ ਕਿਉਂਕਿ ਐਜ਼ ਅ ਐਗਰੀਮੈਂਟ ਕੀਤੇ ਨੇ ਕਿ ਮੈਂ ਜੌਬ ਤੇ ਮੈਂ ਕੁਝ ਕੰਮ ਵੀ ਨਹੀਂ ਕਰ ਸਕਦਾ ਉਹਨੂੰ ਬਾਹਰ ਵੀ ਨਹੀਂ ਟਰੈਵਲ ਕਰਨ ਦਿੰਦੇ ਜਦੋਂ ਉਹ ਬੰਦਾ ਕੋਈ ਬਾਹਰ ਜਾਂਦਾ ਉਹਨੂੰ ਕਹਿੰਦੇ ਨੇ ਰਿਜ਼ਾਈਨ ਕਰਕੇ ਜਾ ਤੂੰ ਉਹਨੂੰ ਪਤਾ ਲੱਗਿਆ ਨਾ ਲੋਕ ਬੀਏ ਤੋਂ ਪੈਨਸ਼ਨਾਂ ਲਈ ਜਾਂਦੇ ਨੇ ਆਪਣੀ ਤਨਖਾਹਾਂ ਲਈ ਜਾਂਦੇ ਨੇ ਬਾਹਰ ਜਾ ਕੇ ਆਪਣਾ ਹੋਰ ਸੈਟਅਪ ਕਰੀ ਜਾਂਦੇ ਸੀਗੇ ਕਾਫੀ ਟ੍ਰੈਂਡ ਚੱਲਿਆ ਸੀ ਸਰਕਾਰੀ ਜੌਬ ਵਾਲੇ ਆਏ ਸੀ ਬਾਹਰ ਕਾਫੀ ਲੋਕ ਤੇ ਹੁਣ ਜਿਹੜੀਆਂ ਸਰਕਾਰਾਂ ਨੇ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਟ੍ਰੈਂਡ ਚੱਲਿਆ ਹੋਇਆ ਤਾਂ ਉਹਨਾਂ ਨੇ ਉਹ ਵੀ ਬੰਦੀਸ਼ਾਂ ਲਾਤੀਆਂ ਵੀ ਤੁਸੀਂ ਈਜ਼ੀਲੀ ਜਾ ਵੀ ਨਹੀਂ ਸਕਦੇ ਹੈਗੇ ਬਿਨਾਂ ਰਿਜ਼ਾਈਨ ਕੀਤੇ ਤੁਹਾਨੂੰ ਜਾਣ ਵੀ ਨਹੀਂ ਦਿੰਦੇ ਹੈਗੇ ਉਹ ਹੈਨਾ ਇੱਕ ਇੱਕ ਚੀਜ਼ ਹੋਰ ਇੱਕ ਚੀਜ਼ ਹੋਰ ਉਹ ਲੋਕ ਨਾ ਇੰਨੇ ਕੁ ਯੂਸਲੈਸ ਨੇ ਇੰਨੇ ਕੁ ਯੂਸਲੈਸ ਨੇ ਤੇ ਗਵਰਨਮੈਂਟ ਨੂੰ ਵੀ ਪਤਾ ਹੈ ਯੂਸਲੈਸ ਨੇ ਤਾਂ ਉਹਨਾਂ ਤੋਂ ਨਾ ਐਨੇ ਇਹ ਜਿਹੇ ਪੁੱਠੇ ਸਿੱਧੇ ਕੰਮ ਕਰਾਏ ਜਾਂਦੇ ਨੇ ਆ ਕੋਵਿਡ ਵੇਲੇ ਦੇ ਟੀਚਰਾਂ ਨੂੰ ਘਰਾਂ ਚ ਜਾ ਕੇ ਕਿਹਾ ਗਿਆ ਜਾ ਜਾ ਕੇ ਘਰ ਘਰ ਚ ਕੋਵਿਡ ਪੇਸ਼ੈਂਟ ਲੱਭੋ ਟੀਚਰਾਂ ਨੂੰ ਹੈ ਤੇ ਹਾਂ ਤੇ ਇੱਕ ਵਾਰੀ ਮੈਨੂੰ ਯਾਦ ਆ ਸਕੂਲ ਟੀਚਰਸ ਨੂੰ ਲਾਤਾ ਕਿ ਲੋਕਾਂ ਨੂੰ ਸਮਝਾਓ ਕਿ ਸ਼ਰਾਬ ਨਾ ਪੀਓ ਉਹ ਕਹਿੰਦਾ ਇਹ ਆਪਣੇ ਘਰ ਦੇ ਆਂਦੀ ਨਹੀਂ ਸੁਣਦੇ ਸਾਡੇ ਸਾਟੀ ਖਿੱਤੇ ਸੌਣ ਲੈਣਗੇ ਦਰਵਾਜ਼ਾ ਦਰਵਾਜ਼ਾ ਉਹ ਤੰਦਰੁਸਤ ਦਰਵਾਜ਼ੇ ਅੰਦਰ ਬੰਦਾ ਨਿਕਲਦਾ ਉਹਨੂੰ ਬੋਲੋ ਭਾਈ ਸਾਨੂੰ ਨਾਲ ਗੱਲ ਕਰਨੀ ਆ ਵੀ ਤੁਸੀਂ ਸ਼ਰਾਬ ਨਾ ਪੀਓਏ ਉਸ ਫਨੀ ਆ ਤੰਦਰੁਸਤ ਤੰਦਰੁਸਤ ਪੰਜਾਬ ਮੁਹਿੰਮ ਚੱਲੀ ਸੀ ਨਾ ਜਿਹੜੀ ਪਿੱਛੇ ਚਲਾਈ ਸੀ ਮੇਰੇ ਨਾਲ ਕੈਪਟਨ ਗਵਰਨਮੈਂਟ ਵੇਲੇ ਉਦੋਂ ਮਤਲਬ ਉਹਨਾਂ ਨੂੰ ਨਾ ਕਿਹਾ ਜਾਂਦਾ ਕਿ ਸਾਨੂੰ ਇੰਨਾ ਤੰਗ ਕਰਾਂਗੇ ਇੰਨਾ ਜਲੀਲ ਕਰਾਂਗੇ ਕਿ ਤੁਸੀਂ ਖੁਦ ਹੀ ਰਿਜ਼ਾਈਨ ਕਰ ਦਿਓ ਤੇ ਉਮੀ ਉਮੀ ਕਹਿੰਦੇ ਨੇ ਅਸੀਂ ਤੁਹਾਡੇ ਮਾ ਅਸੀਂ ਮਾ ਦੇ ਪੁੱਤ ਅਸੀਂ ਫਿਰ ਸਾਈਨ ਨਹੀਂ ਕਰਨਾ ਅਸੀਂ ਵੀ ਝੋਲੇ ਚੱਕ ਕੇ ਸੜਕਾਂ ਤੇ ਚਲੇ ਜਾਵਾਂਗੇ ਇੱਕ ਵਾਰੀ ਮੈਂ ਆ ਰਿਹਾ ਕੋਵਿਡ ਵੇਲੇ ਆ ਕਰਨਾਲ ਬਾਰਡਰ ਦੇ ਉੱਤੇ ਬੈਠੇ ਤਾਂ ਉਹ ਲਿਖ ਰਿਹਾ ਕਿ ਗੱਡੀਆਂ ਐਂਟਰ ਕਰ ਰਹੀਆਂ ਕਿਹੜੀ ਨੰਬਰ ਦੀ ਗੱਡੀ ਐਂਟਰ ਕਰ ਰਹੀ ਆ ਬੈਂਚਡਾ ਹੀ ਬੈਠੇ ਮੈਂ ਕਿਹਾ ਇਹ ਤੁਸੀਂ ਕੀ ਤੁਸੀਂ ਕੀ ਕਹਿੰਦੇ ਭਾਜੀ ਅਸੀਂ ਟੀਚਰ ਆ ਮੈਂ ਕਿਹਾ ਹਾਂ ਸੜਕਾਂ ਤੇ ਮਿਠਾਦੇ ਹੁਣ ਤੁਹਾਨੂੰ ਮਤਲਬ ਉਹਨਾਂ ਨੂੰ ਨਾ ਇੰਟੈਂਸ਼ਨਲੀ ਜਾਣ ਕੇ ਡਿਜ਼ਾਈਨ ਚ ਨਾ ਜਾਣ ਕੇ ਤੰਗ ਕਰ ਰਹੇ ਨੇ ਕਿ ਇਹ ਇਹ ਵੋਲੰਟਰਲੀ ਨਾ ਰਿਜ਼ਾਈਨ ਕਰ ਦੇਣੇ ਤੇ ਉਹ ਮੈਂ ਦੇਖ ਰਿਹਾ ਕਿ ਜਿਹੜਾ ਇਸ ਲੈਵਲ ਦੀ ਹਿਊਮਿਲੇਸ਼ਨ ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਉਹ ਗਰੋ ਕਰ ਰਹੇ ਹੋਣਗੇ ਉਹਨਾਂ ਦੀ ਈਗੋ ਬੜੀ ਮਰ ਰਹੀ ਹੋਊਗੀ ਇਸ ਟਾਈਮ ਤੇ ਉਹ ਅਗਲਾ ਕਹਿੰਦਾ ਯਾਰ ਕਿੱਥੇ ਸਰਕਾਰੀ ਨੌਕਰੀ ਸੀ ਕਿੱਥੇ ਸਾਇ ਸੜਕਾਂ ਤੇ ਬਿਠਾਤਾ ਮਤਲਬ ਸਾਰੇ ਕੰਮ ਕਰਨੇ ਪੈ ਰਹੇ ਨੇ ਇਹਦੇ ਪਿੱਛੇ ਨੌਕਰੀ ਨੌਕਰੀ ਪਛਾਣ ਪਿੱਛੇ ਤੇ ਇਸ ਲੈਵਲ ਦੀ ਸ਼ਰਮ ਵੀ ਮਰ ਗਈ ਤਾਂ ਮੈਨੂੰ ਨਾ ਜੋ ਦੋ ਵੀ ਸਰਕਾਰੀ ਨੌਕਰੀ ਵਾਲੇ ਵੱਲ ਜਾ ਰਿਹਾ ਤਾਂ ਉੱਥੇ ਮੈਨੂੰ ਆ ਚੀਜ਼ ਦੇਖਣ ਨੂੰ ਮਿਲ ਰਹੀ ਹੈ ਤਾਂ ਮੈਨੂੰ ਲੱਗਿਆ ਕਿ ਆਪਾਂ ਨੂੰ ਇਹ ਪਾਰਟ ਸਰਕਾਰੀ ਨੌਕਰੀ ਵਾਲਿਆਂ ਦਾ ਥੋੜਾ ਡਿਸਕਸ ਕਰਨਾ ਚਾਹੀਦਾ ਤੇ ਇਹ ਨਵਾਂ ਨਵਾਂ ਸਾਈਟ ਦੇਖਿਆ ਸਰਕਾਰੀ ਨੌਕਰੀ ਵਾਲੇ ਨੂੰ ਬੁਲਾ ਕੇ ਉਹਦੇ ਮੂੰਹੋਂ ਵੀ ਨਹੀਂ ਕਹਾ ਸਕਦੇ ਕਿਉਂਕਿ ਕੋਈ ਕੈਮਰੇ ਤੇ ਆ ਕੇ ਬੋਲੂਗਾ ਵੀ ਨਹੀਂ ਉਹਨਾਂ ਨੂੰ ਇਹ ਹੋਊਗੀ ਕਿ ਭਾਈ ਮੈਂ ਬੋਲੇ ਇੱਧਰ ਉਧਰ ਮੈਨੂੰ ਜੋ ਜੌਬ ਤੋਂ ਕੱਢ ਦੇਣਾ ਜਿਹੜੀ ਉਹਦੀ ਸਾਰੀ ਸਿਕਿਉਰਿਟੀ ਹੈ ਜੌਬ ਦੀ ਉਹ ਜ਼ੀਰੋ ਹੋ ਜਾਣੀ ਹੈ ਨਾ ਤੇ ਆਪਾਂ ਸਿਰਫ ਹਾਂ ਤੇ ਉਧਰ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਬਾਹਰਲੇ ਬਾਹਰ ਸਕੂਲਾਂ 'ਚ ਪੜ ਰਹੇ ਨੇ ਯੂਨੀਵਰਸਿਟੀ 'ਚ ਪੜ ਰਹੇ ਨੇ ਉਹਨਾਂ ਨੂੰ ਇਹ ਵੀ ਟੈਨਸ਼ਨ ਆ ਕਿ ਉਹ ਵਿਗੜ ਨਾ ਜਾਣ ਉੱਥੇ ਕਿਉਂਕਿ ਲੈ ਦੇ ਕੇ ਕਰਪਸ਼ਨ ਦੇ ਵਿੱਚ ਜਿਉਂਦੇ ਨੇ ਸਾਰਾ ਦਿਨ ਤਾਂ ਉਹਨਾਂ ਨੂੰ ਪਤਾ ਕਿ ਸਿਸਟਮ ਕਿਵੇਂ ਰਨ ਕਰਦਾ ਤੇ ਉਹ ਬੱਚਿਆਂ ਨੂੰ ਵੀ ਪਤਾ ਕਿ ਮੇਰੇ ਘਰ ਦੇ ਕਰਪਟ ਨੇ ਤਾਂ ਕਹਿੰਦਾ ਏਡੀ ਗੱਡੀ ਲੈ ਕੇ ਦੋ ਮੈਨੂੰ ਭੇਜੋ ਇਧਰੋਂ ਪੈਸਾ ਭੇਜੋ ਤੇ ਉਹ ਹੁਣ ਲੱਗਦਾ ਕਿ ਯਾਰ ਜਿੰਨਾ ਤੂੰ ਮੰਗੀ ਆ ਰਿਆ ਯਾਰ ਇੰਨਾ ਤਾਂ ਅਸੀਂ ਕਰਪਸ਼ਨ ਚੋਂ ਵੀ ਸਾਡੇ ਕੋਲ ਹੱਥ ਪੱਲੇ ਕੁਝ ਨਹੀਂ ਲੱਗਣਾ ਤੇ ਓਏ ਬਹੁਤ ਮਤਲਬ ਕੀ ਕਹਿੰਦੇ ਨੇ ਸੱਪ ਦੇ ਮੂੰਹ ਚ ਕੋਟ ਘੇੜ ਲਈ ਵੀ ਨਾ ਨਾ ਤਾਂ ਸਰਕਾਰੀ ਨੌਕਰੀ ਨਹੀਂ ਆ ਨਾ ਛੱਡ ਸਕਦੇ ਨੇ ਉਹ ਜਿਵੇਂ ਉਹ ਕਹਿੰਦਾ ਹੁੰਦਾ ਸੀ ਜਾਨੀ ਕਿਹੜਾ ਹੁੰਦਾ ਸੀ ਹਿੰਦੀ ਫਿਲਮਾਂ ਵਾਲਾ ਇਸ ਕੋ ਲਿਕੁਇਡ ਆਕਸੀਜਨ ਮੇਂ ਢਾਲ ਦੋ ਲਿਕੁਇਡ ਇਸ ਕੋ ਜੀਨੇ ਨਹੀਂ ਦੇਗਾ ਆਕਸੀਜਨ ਇਸ ਕੋ ਮਰਨੇ ਨਹੀਂ ਦੇਗੀ ਵਿਚੋ ਜਾਰੇ ਲਟਕਾਏ ਹੋਏ ਚਲੋ ਚਲੋ ਭਾਈ ਸਾਡੀ ਉਹਨਾਂ ਵੱਲ ਸਾਨੂੰ ਬੁਤੀ ਆ ਭਾਈ ਸਾਰੀ ਸਰਕਾਰੀ ਨੌਕਰੀ ਵਾਲਿਆਂ ਵੱਲ ਤੇ ਲੱਗੇ ਰਹੋ ਤੁਸੀਂ ਵੀ ਸਰਕਾਰ ਜਿੰਨਾ ਮਰਜੀ ਤੁਹਾਨੂੰ ਤੰਗ ਕਰੀ ਚੱਲੇ ਸਾਨੂੰ ਪਤਾ ਸੀ ਅਸੀਂ ਥੋੜੀ ਜਲਾਲਤ ਨੂੰ ਅਸੀਂ ਤੁਹਾਡੇ ਸਲਾਮ ਕਰਦੇ ਆ ਸਲੂਟ ਕਰਦੇ ਆ ਤੇ ਸਮਝਦੇ ਆ ਹਾਂ ਤੇ ਤਾਂ ਸਾਨੂੰ ਵੀ ਲੱਗਿਆ ਕਿ ਇਹ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਧਰਨਾ ਚਾਹੀਦਾ ਤੁਸੀਂ ਬਹੁਤ ਵੱਡੀ ਕੁਰਬਾਨੀ ਕਰ ਰਹੇ ਹੋ ਆਪਣੀ ਨੌਕਰੀ ਬਚਾਉਣ ਵਾਸਤੇ ਤੁਸੀਂ ਬਹੁਤ ਵੱਡੀ ਕੁਰਬਾਨੀ ਕਰ ਰਹੇ ਹੋ ਬੇਸਿਕਲੀ ਪਰ ਜੇ ਹੋ ਸਕੇ ਜੇ ਤੁਹਾਡੇ ਚ ਹਿੰਮਤ ਹੈ ਮਤਲਬ ਮੈਂ ਤਾਂ ਇਹ ਕਹੂੰਗੀ ਕਿ ਜੇ ਮੈਂ ਇਦਾਂ ਹੀ ਜੌਬ 'ਚ ਫਸੀ ਹੋਵਾਂ ਮੈਂ ਕਿਤੇ ਨਾ ਕਿਤੇ ਹਿੰਮਤ ਕਰਕੇ ਸਾਲੋਂ ਸਾਲੋਂ ਸਾਲ ਲੱਗ ਜਾਣ ਸ਼ਾਇਦ ਮੈਨੂੰ ਹਿੰਮਤ ਜਟਾਉਣ ਨੂੰ ਪਰ ਮੈਂ ਉਹਨੂੰ ਛੱਡ ਕੇ ਇੱਕ ਵਾਰ ਮੈਂ ਦੂਜੀ ਸਾਈਡ ਤੇ ਜ਼ਰੂਰ ਦੇਖੂੰਗੀ ਵੀ ਵਾਟ ਇਜ਼ ਥੇਅਰ ਔਨ ਦੀ ਅਦਰ ਸਾਈਡ ਵਾਟ ਇਜ਼ ਥੇਅਰ ਔਨ ਦੀ ਅਦਰ ਸਾਈਡ ਇਹ ਤੁਸੀਂ ਤੁਸੀਂ ਤਾਂ ਬੋਲ ਪਾ ਰਹੇ ਹੋ ਕਿਉਂਕਿ ਜਿਹੜਾ ਸਰਕਾਰੀ ਬੰਗਲਾ ਮਿਲਦਾ ਨਾ ਉਹ ਮੈਂ ਕੱਲ ਗਿਆ ਸੀ ਕਿਸੇ ਭਾਜੀ ਕੋਲ ਬੈਠਾ ਸੀ ਕਹਿੰਦੇ ਮੁੰਜੀਤ ਮੈਨੂੰ ਇੱਕ ਕਿਲੇ ਚ ਕੋਠੀ ਦਿੱਤੀ ਵੀ ਅਗਲੇ ਨੇ ਜਲੰਧਰ ਹੈ ਤੇ ਫੇਰ ਜਦੋਂ ਬੈਠਾ ਬੈਠਾ ਬੰਦਾ ਫੋਨ ਤੇ ਹੀ ਕਹਿੰਦਾ ਫੋਨ ਤੇ ਹੀ ਕੈਨੇਡਾ ਦੇ ਵਿੱਚ ਮੇਰੇ ਸੋਲੂਸ਼ਨ ਨਿਕਲ ਰਹੇ ਨੇ ਫੋਨ ਤੇ ਹੀ ਮੈਂ ਇੰਨੇ ਆਖਦੇ ਕੰਮ ਕੀਤੇ ਨੇ ਇੰਨੇ ਕਿ ਮੇਰੇ ਕਨੈਕਸ਼ਨ ਨੇ ਠੀਕ ਆ ਤੇ ਫੇਰ ਕਹਿੰਦਾ ਗਨਮੈਂਟ ਮਿਲਦੇ ਨੇ ਡਰਾਈਵਰ ਮਿਲਦੇ ਨੇ ਤੇ ਫੇਰ ਉਸ ਤੋਂ ਬਾਅਦ ਅਚਾਨਕ ਜਾ ਕੇ ਟਰੱਕ ਚਲਾਉਣਾ ਪੈ ਜਾਵੇ ਤੇ ਯਾਰ ਤੁਸੀਂ ਵੀ ਤੁਸੀਂ ਵੀ ਆਪਣੇ ਬੌਸ ਵਗੈਰਾ ਦੇਖਦੇ ਹੋਵੋਗੇ ਇਹਨਾਂ ਨੂੰ ਡਰਾਈਵਰਸ ਵਗੈਰਾ ਮਿਲਦੇ ਨੇ ਤੁਹਾਡੇ ਬੌਸ ਵਗੈਰਾ ਮੇਥੇ ਕਾਰਪੋਰੇਟ ਪਿਉਣ ਨਹੀਂ ਹੁੰਦਾ ਆਫਿਸ 'ਚ ਰਈ ਵਰਦਾ ਦੂਰ ਦੀ ਗੱਲ ਸਾਡੇ ਜਿਹੜਾ ਡਾਇਰੈਕਟਰ ਹੋਵੇ ਭਵਾਂ ਦੀ ਪਾਰਟ ਨੇ ਜਿਹੜਾ ਸਭ ਤੋਂ ਸਭ ਤੋਂ ਉੱਚਾ ਬੰਦਾ ਵੀ ਹੁੰਦਾ ਜਿਹੜਾ ਟਾਪ ਹੁੰਦਾ ਕੰਪਨੀ ਦਾ ਹੈੱਡ ਹੁੰਦਾ ਉਹ ਵੀ ਉੱਠ ਕੇ ਆਪਣੀ ਚਾਹ ਖੁਦੀ ਲੈ ਕੇ ਆਂਦਾ ਕੋਈ ਉਹਨੂੰ ਫੜਾ ਕੇ ਨਹੀਂ ਜਾਂਦਾ ਉਹਦੇ ਆਫਿਸ ਜਾ ਕੇ ਨਾ ਇੱਥੇ ਸਰ ਵੀ ਨਹੀਂ ਬੋਲਦੇ ਅਸੀਂ ਕਿਸੇ ਨੂੰ ਨਾਮ ਤੋਂ ਬੁਲਾਣੇ ਆ ਅਸੀਂ ਖੜੇ ਵੀ ਨਹੀਂ ਹੁੰਦੇ ਉਹਨਾਂ ਦੇ ਆਏ ਤੋਂ ਵੀ ਜੋ ਜੇ ਮੇਰਾ ਇੱਥੇ ਬੋਸ ਆ ਕੇ ਖੜਾ ਹੋ ਗਿਆ ਡਾਇਰੈਕਟਰ ਆ ਕੇ ਖੜਾ ਹੋ ਗਿਆ ਮੇਰੇ ਸਿਰ ਤੇ ਤੇ ਮੈਂ ਇਦਾਂ ਹੀ ਬੈਠੀ ਨਹੀਂ ਗੱਲ ਕਰਨਾ ਯੈਸ ਯੈਸ ਮਿਸਟਰ ਸੋਵਨਸੋ ਵੀ ਟੈਲ ਮੀ ਵਾਈ ਯੂ ਹੇਅਰ ਵਾਟ డు ਯੂ ਵਾਂਟ ਫਰਮ ਮੀ ਯੂ ਨੋ ਤੁਹਾਡੀ ਜੌਬ ਬੜੀ ਸਪੈਸੀਫਾਈਡ ਹੁੰਦੀ ਹੈ ਵੀ ਤੁਸੀਂ ਆਹ ਕੰਮ ਕਰਨਾ ਹੈ ਹਾਂ ਆਹ ਕੰਮ ਕਰੋ ਤੇ ਤਨਖਾਹ ਲੈ ਕੇ ਜਾਓ ਕੰਪਨੀ ਤੋਂ ਹੁਣਾ ਤੁਹਾਡਾ ਤੁਹਾਡੀ ਰਿਸਪੋਨਸੀਬਿਲਟੀ ਤੁਹਾਡੇ ਲੈਵਲ ਦੇ ਅਕੋਰਡਿੰਗ ਡਿਸਾਈਡ ਹੁੰਦੀ ਹੈ ਵੀ ਤੁਸੀਂ ਆਹ ਆਹ ਕੰਮ ਕਰਨਾ ਤੁਹਾਡਾ ਡਾਇਰੈਕਟਰ ਨੇ ਆਹ ਆਹ ਕੰਮ ਕਰਨਾ ਹੈ ਤੁਹਾਡੇ ਮੈਨੇਜਰ ਨੇ ਆਹ ਆਹ ਕ ਉਹ ਤੋਂ ਬਿਯੋਂਡ ਤੁਸੀਂ ਉਹ ਸਲੂਟ ਬਾਜੀ ਜਾਂ ਤੁਸੀਂ ਚਾਪਲੂਸੀ ਕਰਨਾ ਇਹ ਸਭ ਚੀਜ਼ਾਂ ਚਾਪਲੂਸੀ ਦਾ ਖੈਰ ਹਰੇਕ ਤਾਂ ਇਨਸਾਨ ਹੁੰਦੇ ਨੇ ਉਹਨਾਂ ਨੂੰ ਪ੍ਰੋਮੋਸ਼ਨ ਤਾਂ ਉਹਨਾਂ ਨੇ ਦੇਣੀਆਂ ਨੇ ਕਿਉਂਕਿ ਉਹ ਵੱਡਿਆਂ ਨੇ ਉਤਲੇਆਂ ਵਾਲਿਆਂ ਨੇ ਦੇਣੀਆਂ ਨੇ ਤਾਂ ਚਾਪਲੂਸੀ ਤਾਂ ਕਿਸ ਹੱਦ ਤੱਕ ਮੈਂ ਦੇਖੀ ਹੈ ਵੀ ਹੁੰਦੀ ਹੈ ਵੀ ਹਾਂ ਚ ਹਮਲਾ ਦੇਣਾ ਉਹਦੇ ਉਹਦੇ ਜ਼ਿਆਦਾ ਅਗੇਂਸਟ ਨਹੀਂ ਜਾਣਾ ਹਨਾ ਕੰਮ ਕਰਨ ਦੇ ਵਿੱਚ ਉਹ ਚੀਜ਼ ਹੁੰਦੀ ਹੈ ਪਰ ਜਿਹੜੀ ਫਿਜ਼ੀਕਲ ਜਿਹੜੀ ਹੁੰਦੀ ਹੈ ਨਾ ਸ਼ੋਅ ਆਫ ਕਰਨਾ ਵੀ ਅਸੀਂ ਤੇਰੇ ਬੜੇ ਗੁਲਾਮ ਆ ਵੀ ਤੈਨੂੰ ਅਸੀਂ ਤੇ ਚਾਹ ਲਿਆਤੀਆਂ ਤੇਰੀ ਗੱਡੀ ਸਰਵਿਸ ਕਰਾਤੀਆਂ ਤੇਰੇ ਬੱਚਿਆਂ ਦੀ ਫੀਸ ਬੱਚਿਆਂ ਨੂੰ ਛੜਦਾ ਸਕੂਲ ਇਹ ਚੀਜ਼ਾਂ ਨਹੀਂ ਹੈਗੀਆਂ ਇੱਥੇ ਬਿਲਕੁਲ ਵੀ ਉਹ ਚੀਜ਼ਾਂ ਨਹੀਂ ਹੈਗੀਆਂ ਇੱਕ ਇੱਥੇ ਸਾਡੇ ਘਰ ਦੇ ਕੋਲੇ 40s ਹਸਪੀਟਲ ਆ ਤੇ 40s ਹਸਪੀਟਲ ਦਾ ਡਾਕਟਰ ਨਹੀਂ ਟਿਕ ਪਾਰਿਆ ਸੀਗਾ ਉਹ ਸਾਰੇ ਅਮਰੀਕਾ ਲੰਘ ਜਾਂਦੇ ਸੀਗੇ ਉਹ ਜੋ ਜਿਹੜਾ ਵੀ ਡਾਕਟਰ ਆਦਾ ਸੀ ਅਮਰੀਕਾ ਲੰਘ ਜਾਂਦਾ ਸੀਗਾ ਜੋਬ ਟਿਕ ਨਹੀਂ ਪਾਰਿਆ ਸੀਗਾ ਤਾ 40s ਹਸਪੀਟਲ ਨੇ ਕੀ ਕੀਤਾ ਨਾ ਮਰਸੀਡੀਜ਼ ਤੇ BMW ਗੱਡੀਆਂ ਲੈ ਕੇ ਡਰਾਈਵਰ ਰੱਖਤੇ ਤੇ ਆਂਦੀ ਡਾਕਟਰ ਨੂੰ ਨਾ BMW ਵਿਦ ਡਰਾਈਵਰ ਦੇ ਦਿੰਦੇ ਨੇ ਤੇ ਬੜਾ ਛੋਟਾ ਡਾਕਟਰ ਹੁੰਦਾ ਮੇਰੇ ਸਾਹਮਣੇ 30 30 ਸਾਲ ਦਾ ਬੱਚਾ ਹੁੰਦਾ ਹੋਊਗਾ ਜਿਹੜਾ ਲੱਗਦਾ ਤੇ ਜਿਹੜਾ ਅੱਛਾ ਪੜਿਆ ਪੜਿਆ ਟੋਪਰ ਟੂਪਰ ਆ ਕਿ ਟਿਕੇ ਸਾਡੇ ਹਸਪਤਾਲ ਚ ਕਿਉਂਕਿ ਉਹਨੂੰ ਉਹ ਸੈਲਰੀ ਦੇ ਵਿੱਚ ਤਾਂ ਦੇ ਨਹੀਂ ਸਕਦਾ ਜਿਉ ਯੂਐਸ ਯੂਐਸ ਚ ਮਿਲੂਗੀ ਤਾਂ ਉਹਦਾ 2-3 ਸਾਲ ਵੀ ਜਦੋਂ ਮਰਸੀਡੀਜ਼ ਦੇ ਵਿੱਚ ਡਰਾਈਵਰ ਨਾਲ ਟਰੈਵਲ ਕਰਦਾ ਸੀਗਾ ਤਾਂ ਉਹ ਬਾਹਰਲੇ ਹਸਪੀਟਲ ਨੂੰ ਅਟ੍ਰੈਕਟ ਨਹੀਂ ਕਰ ਪਾ ਰਹੇ ਸੀ ਉਹਨਾਂ ਮਲੇ ਇਹਨਾਂ ਨੇ ਇਹ ਟੈਕਨੀਕ ਯੂਜ਼ ਕੀਤੀ ਸੀ ਇੰਡੀਆ ਦੇ ਵਿੱਚ ਕਿਉਂਕਿ ਇੱਥੇ ਡਰਾਈਵਰ ਸਸਤਾ ਤਾਂ ਇਹਨੂੰ ਡਰਾਈਵਰ ਦੋ ਤੇ ਇਸ ਨੂੰ ਵੱਡੀ ਗੱਡੀ ਦੇ ਦਿਓ ਤੇ ਉੱਥੇ ਜਾ ਕੇ ਇਹਨੂੰ ਇਹ ਫੈਸਿਲਿਟੀ ਨਹੀਂ ਮਿਲੂਗੀ ਤਾਂ ਇਹਦੇ ਕਰਕੇ ਇੰਡੀਆ ਦੇ ਉਰੇ ਹਸਪੀਟਲ 'ਚ ਟਿਕਿਆ ਰਹੂਗਾ ਤਾਂ ਇਹ ਚੀਜ਼ਾਂ ਵੀ ਹੁਣ ਆ ਰਹੀਆਂ ਨੇ ਚੱਲਣ ਦੇ ਵਿੱਚ ਮੈਂ ਦੇਖਿਆ ਕਿ ਥੋੜਾ ਬੰਦੇ ਨੂੰ ਗੱਡੀਆਂ ਦੇ ਕੇ ਡਰਾਈਵਰ ਦੇ ਕੇ ਟਕਾਣ ਦੀ ਕੋਸ਼ਿਸ਼ ਕਰ ਰਹੀਆਂ ਕਾਰਪੋਰੇਟ ਜਾਂ ਇਹ ਸੈਕਟਰ ਜਿਨ੍ਹਾਂ ਨੂੰ ਡਰਾ ਕਿ ਸਾਡੇ ਉਰੋਂ ਜਿਹੜਾ ਕਾਰਪੋਰੇਟ ਦਾ ਕੰਮ ਕਰ ਰਹੇ ਉਹ ਬਾਹਰ ਨਾ ਭਾਜੇ ਤਾਂ ਇਹ ਜਾ ਕੁਝ ਵੀ ਹੋ ਰਿਹਾ ਇੱਥੇ ਜਿਹੜੇ ਕੈਨੇਡਾ 'ਚ ਵੀ ਲੋਕ ਹੈਗੇ ਨੇ ਆਪਣੇ ਉਧਰੋਂ ਆਏ ਹੋਏ ਨੇ ਇੰਡੀਆ ਤੋਂ ਉਹ ਸਭ ਤੋਂ ਵੱਧ ਮਿਸ ਕੀ ਕਰਦੇ ਨੇ ਆਹੀ ਚੀਜ਼ਾਂ ਨੂੰ ਮਿਸ ਕਰਦੇ ਨੇ ਸਲੂਟ ਬਾਜੀ ਨੂੰ ਮਿਸ ਕਰਦੇ ਨੇ ਵੀ ਸਾਨੂੰ ਭਾਈ ਨੌਕਰ ਚੱਕਰ ਨਹੀਂ ਮਿਲਦੇ ਹੈਗੇ ਘਰੇ ਉੱਥੇ ਸਾਡਾ ਅੱਜ ਮੰਨਤੀ ਮੇਰੀ ਡਾਕਟਰ ਅੱਜ ਗੱਲ ਕਰ ਰਹੀ ਸੀਗੀ ਕਹਿੰਦੀ ਕਿਸੇ ਨੂੰ ਮੈਂ ਗੋਰਿਆਂ ਦੇ ਨਾਲ ਬੈਠੀ ਹੋਈ ਸੀ ਵੀ ਤੁਸੀਂ ਇੰਡੀਆ 'ਚ ਕੀ ਕਰਦੇ ਸੀ ਥੋੜਾ ਆਪਣਾ ਬੈਕਗ੍ਰਾਉਂਡ ਦੱਸ ਰਹੀ ਸੀ ਕਹਿੰਦੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਸਾਡੇ ਘਰੇ ਦਾ ਕੁੱਕ ਵੀ ਲੱਗਿਆ ਹੋਇਆ ਸੀਗਾ ਕੁੱਕ ਲੱਗਾ ਹੁੰਦਾ ਸੀਗਾ ਤੇ ਸਾਡੇ ਸਫਾਈਆਂ ਕਰਨ ਵਾਲੀ ਲੱਗ ਜਾਂਦੀ ਸੀਗੀ ਹਨਾ ਤੇ ਸਾਡਾ ਧੋਬੀ ਲੱਗ ਹੁੰਦਾ ਸੀ ਸਾਡਾ ਗਾਰਡਨਰ ਲੱਗ ਹੁੰਦਾ ਸੀ ਸਾਡੀ ਗੱਡੀਆਂ ਧੋਣ ਵਾਲਾ ਲੱਗ ਹੁੰਦੇ ਸੀ ਵੀ 6-7 ਬੰਦੇ ਤੋਨੂੰ ਸਿਰਫ ਤੁਹਾਡੀ ਤੁਨੂੰ ਥੋੜੀ ਸੇਵਾ ਕਰਦੇ ਸਨ ਬੇਸਿਕਲੀ ਹੈ ਨਾ ਇਹ ਬੜੇ ਹੈਰਾਨ ਗੁਰੇ ਕਹਿੰਦੇ ਰੀਅਲੀ ਦੇ ਆਟ ਰਿਚ ਇਨ ਇੰਡੀਆ ਮਤਲਬ ਇੰਨੇ ਜਵਾ ਤੁਸੀਂ ਅਮੀਰ ਸੀਗੇ ਕਹਿੰਦੇ ਜੀ ਵੀ ਵਰ ਨਾਟ ਰਿਚ অল ਇੰਡੀਅਨਸ ਡੂ ਥੈਟ ਮਤਲਬ ਸਾਰੇ ਕਰਦੇ ਨੇ ਹੁੰਦੇ ਆ ਇਹ ਹੀ ਗੱਲ ਮਨਦਾ ਉਹ ਯੂ ਐਸ ਪੀ ਹੈ ਇੰਡੀਆ ਦੀ ਜਿਹੜੇ ਇੰਡੀਅਨਸ ਵੀ ਉੱਥੇ ਆ ਕੇ ਇਹ ਇੱਥੇ ਆ ਕੇ ਇਹੀ ਮਿਸ ਕਰਦੇ ਨੇ ਵੀ ਇੰਡੀਆ ਦੀ ਐਸ਼ ਜਿਹਨੂੰ ਕਹਿੰਦੇ ਨੇ ਕਿ ਉੱਥੇ ਐਸ਼ ਬੜੀ ਹੈ ਜਾ ਕੇ ਹੈ ਨਾ ਐਸ਼ ਆ ਔਰ ਫਿਰ ਇਹ ਕਯੂਐਸਪੀ ਹੋ ਗਈ ਨਾ ਤਾਂ ਫਿਰ ਠੀਕ ਹੈ ਇੰਡੀਆ ਵੀ ਆਪਣੇ ਫਿਰ ਯੂਜ਼ ਕਰੂਗਾ ਉਹ ਚੀਜ਼ ਨੂੰ ਵੀ ਟਿਕਾਉਣ ਵਾਸਤੇ ਲੋਕਾਂ ਨੂੰ ਵੀ ਜੇ ਤੁਸੀਂ ਇੰਡੀਆ ਚਾਹੋਗੇ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਹਾਂ ਤਾਂ ਉਹ ਹੀ ਗੱਲ ਹੈ ਨਾ ਮਤਲਬ ਬੰਦਾ ਕੀ ਕਰਦਾ ਨਾ ਬੰਦਾ ਆਪਣੇ ਆਪ ਨੂੰ ਨਾ ਹੋਲਿਸਟਿਕਲੀ ਗਰੋ ਨਹੀਂ ਕਰਦਾ ਉਹ ਜਦੋਂ ਦੂਜੇ ਪਾਸੇੋਂ ਦਾ ਦੂਜਾ ਪਾਸਾ ਦੇਖ ਕੇ ਚੜੀ ਜਾਂਦਾ ਦੂਜੇ ਪਾਸੇੋਂ ਦਾ ਦੂਜਾ ਪਾਸਾ ਦੇਖ ਕੇ ਚੜੀ ਜਾਂਦਾ ਤਾਂ ਮੇਨਦਾਰ ਕੇ ਮੈਨੂੰ ਲੱਗ ਰਿਹਾ ਕਿ ਤਿੰਨਾਂ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਪ੍ਰੋਬਲਮ ਏ ਜ਼ਰੂਰ ਆ ਕਿ ਜਿਹੜੀ ਫ੍ਰੀडम ਨਹੀਂ ਹੈਗੀ ਫਰੀडम ਦਾ ਨਾ ਹੋਣਾ ਇੱਕ ਬਹੁਤ ਵੱਡੀ ਪ੍ਰੋਬਲਮ ਆ ਤੇ ਫਰੀ ਫਰੀडम ਫਰੀडम ਲੈ ਕੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਆਪਣੀ ਰਿਸਪਾਂਸਿਬਿਲਟੀ ਖੁਦ ਚੱਕਣੀ ਤੇ ਇਸੇ ਦਾ ਜ਼ਮਾਨਾ ਚਾਹੇ ਤੁਸੀਂ ਪਿਆਰ ਨਾਲ ਮੰਨ ਲਓ ਚਾਹੇ ਤੁਸੀਂ ਛੇਤਰਾ ਨਾਲ ਮੰਨ ਲਿਓ ਲੈ ਦੇ ਕੇ ਗੱਲ ਇੱਥੇ ਆਣੀ ਆ ਫਰੀडम ਐਂਡ ਰਿਸਪਾਂਸਿਬਿਲਟੀ ਫਰੀडम ਬਹੁਤ ਵੱਡੀ ਚੀਜ਼ ਹੈ ਮਤਲਬ ਮੈਂ ਤਾਂ ਆਪਣੇ ਪੂਰੇ ਜਿੰਨਾ ਵੀ ਮੇਰਾ ਕੈਰੀਅਰ ਰਿਹਾ ਹੈ ਜਾਂ ਲਾਈਫ ਰਿਹਾ ਉਹਦੇ ਵਿੱਚ ਜਿਵੇਂ ਨੂੰ ਕੋਈ ਪੁੱਛੇ ਕਿ ਵਾਟ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ ਕੀ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਲਾਈਫ ਦੀ ਮੇਰੀ ਮੈਂ ਕਹੂੰਗੀ ਕਿ ਫਰੀडम ਟੂ ਡੂ ਵਾਟ ਆਈ ਵਾਂਟ ਟੂ ਡੂ ਮਤਲਬ ਜੋ ਮੈਂ ਕਰਨਾ ਚਾਹਨੀ ਹੈ ਉਹਦੀ ਫਰੀडम ਮੈਨੂੰ ਮਿਲਣਾ ਬਹੁਤ ਜ਼ਰੂਰੀ ਹੈ ਤੇ ਮੈਂ ਇਹ ਨਹੀਂ ਕਹਿੰਦੀ ਮੈਂ ਫਰੀडम ਨੂੰ ਅਬਿਊਜ਼ ਕਰਨਾ ਮੈਂ ਕਹਿੰਦੀ ਆ ਗਿਵ ਮੀ ਫਰੀडम ਵਿਦ ਮਾਈ ਵਿਦ ਰਿਸਪੌਂਸਿਬਿਲਟੀ ਮੈਂ ਉਹਦੇ ਨਾਲ ਰਿਸਪੌਂਸਿਬਿਲਟੀ ਵੀ ਚੱਕਣੀ ਹੈ ਉਹੀ ਫਰੀडम ਦੇ ਨਾਲ ਰਿਸਪੌਂਸਿਬਿਲਟੀ ਪੈਕੇਜ ਹੀ ਆ ਇਹ ਪੈਕੇਜ ਹੀ ਹੁੰਦਾ ਫਰੀडम ਤੇ ਰਿਸਪੌਂਸਿਬਿਲਟੀ ਦਾ ਪੈਕੇਜ ਹੀ ਆ ਜੇ ਤੁਸੀਂ ਰਿਸਪੌਂਸਿਬਿਲਟੀ ਨਹੀਂ ਲੈ ਸਕਦੇ ਤਾਂ ਤੁਸੀਂ ਫਰੀ ਨਹੀਂ ਹੈਗੇ ਫਿਰ ਕੋਈ ਹੋਰ ਰਿਸਪੌਂਸਿਬਿਲਟੀ ਲੈ ਰਿਹਾ ਤਾ ਇਹ ਪੈਕੇਜ ਆ ਜਿਵੇਂ ਹੀ ਤੁਹਾਨੂੰ ਫ੍ਰੀडम ਮਿਲਦੀਆਂ ਉਵੇਂ ਹੀ ਤੁਹਾਨੂੰ ਰਿਸਪੌਂਸਿਬਿਲਟੀਜ਼ ਮਿਲਦੀਆਂ ਨੇ ਤੇ ਉੱਥੇ ਫਿਰ ਬੰਦਾ ਥਰਡ ਪਾਰਟੀ ਬਾਹਰ ਨਿਕਲ ਜਾਂਦੀ ਆ ਅੰਦਰ ਦੀ ਲੜਾਈ ਸ਼ੁਰੂ ਹੋ ਜਾਂਦੀ ਆ ਤੇ ਗਰੋਥ ਗਰੋਥ ਸਾਰੀ ਰੀਅਲ ਗਰੋਥ ਜੋ ਤੁਸੀਂ ਜੇ ਚਖਦੇ ਹੋ ਨਾ ਤੁਸੀਂ ਇਸੇ ਲੈਵਲ ਤੇ ਆ ਕੇ ਚਖਦੇ ਹੋ ਜੇ ਤੁਸੀਂ ਭਾਵੇਂ ਦੀ ਛੋਟਾ ਕੰਮ ਕਰੋ ਜਾਂ ਵੱਡਾ ਕਰੋ ਇਚ ਲੈਵਲ ਆਫ ਵਰਕ ਡਸ ਨਾਟ ਮੈਟਰ ਇਸ ਇਜ਼ ਬੇਸਿਕਲੀ ਕਿ ਤੁਸੀਂ ਆਪਣੇ ਜੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਲਾਈਫ ਨਾਲ ਜੋ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਜਾਂ ਕੁਝ ਸਿੱਖਣਾ ਚਾਹੁੰਦੇ ਹੋ ਕੋਈ ਗਰੋ ਕਰਨਾ ਚਾਹੁੰਦੇ ਹੋ ਕਿਸੇ ਡਾਇਰੈਕਸ਼ਨ ਚ ਤੁਹਾਡੇ ਕੋਲੇ ਫ੍ਰੀडम ਹੋਏ ਉਹ ਗਰੋ ਉਸ ਲੈਵਲ ਤੇ ਗਰੋ ਹੋਣ ਦੀ ਹੈ ਉਸ ਡਾਇਰੈਕਸ਼ਨ ਦੇ ਵਿੱਚ ਗਰੋ ਹੋਣ ਦੀ ਉਹਨੂੰ ਕੋਈ ਰੋਕਣ ਵਾਲਾ ਨਾ ਹੋਵੇ ਟੋਕਾ ਟੋਕੀ ਨਾ ਕਰੇ ਲੋਕ ਤੁਹਾਨੂੰ ဆਿੱਖਣ ਨਾ ਕਿਸੇ ਪਾਸੇ ਯੋ ਜ਼ਿਆਦਾ ਜ਼ਿਆਦਾ ਲੋਕਾਂ ਨੂੰ ਫ੍ਰੀडम ਪਸੰਦ ਆ ਪਰ ਰਿਸਪਾਂਸਿਬਿਲਟੀ ਲੈਣੀ ਪਸੰਦ ਨਹੀਂ ਹੈਗੀ ਤਾਂ ਜਦੋਂ ਰਿਸਪਾਂਸਿਬਿਲਟੀ ਦਾ ਪਾਰਟ ਆ ਨਾ ਉਹ ਉਹ ਤੋਂ ਲੋਕ ਡਰਦੇ ਨੇ ਤੇ ਫਰੀडम ਲੈਣਾ ਚਾਹੁੰਦੇ ਨੇ ਇਹ ਨਹੀਂ ਹੋ ਸਕਦਾ ਕਦੀ ਵੀ ਕਿ ਦੋਨੇ ਚੀਜ਼ਾਂ ਪੈਰਲਲ ਹੁੰਦੀਆਂ ਨੇ ਉਹ ਨਾਲ ਦੀ ਨਾਲ ਚੱਲਣ ਗਿਆ ਹਨਾ ਤੇ ਚਲੋ ਠੀਕ ਰਹੀ ਆਪਾਂ ਸਰਕਾਰੀ ਤੋਂ ਸ਼ੁਰੂ ਕਰਕੇ ਆਪਾਂ ਬਹੁਤ ਕੁਝ ਡਿਸਕਸ ਕਰ ਲਿਆ ਹੋਰ ਤੇ ਅਗੇਨ ਸਰਕਾਰੀ ਵਾਲਿਆਂ ਦਾ ਸਲੂਟ ਹੈ ਵੀ ਸਾਡਾ ਤੇ ਦੇਖੋ ਤੁਸੀਂ ਕਿਵੇਂ ਇਸ ਜੰਜਾਲ ਤੋਂ ਕਿਵੇਂ ਛੁੱਟ ਸਕਦੇ ਹੋ ਯਾ ਫਿਰ ਜੇ ਤੁਸੀਂ ਉਹਨੂੰ ਐਕਸੈਪਟ ਹੀ ਕਰ ਲਿਆ ਤਾਂ ਉਹਨੂੰ ਚੰਗੇ ਤਰੀਕੇ ਨਾਲ ਐਕਸੈਪਟ ਕਰ ਲੋ ਕਿ ਵੀ ਹਾਂ ਉਹ ਚ ਖੁਸ਼ ਰਹਿਣਾ ਸਿੱਖ ਲੋ ਇੱਕ ਇਹ ਰਸਤਾ ਵੀ ਹੋ ਸਕਦਾ ਹੈ ਤੇ ਸੋਚ ਸਮਝ ਕੇ ਦੇਖੋ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਚੇਂਜ ਕਰ ਸਕਦੇ ਹੋ ਜਾਂ ਕਿਵੇਂ ਆਪਣੀ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਸਰਕਾਰੀ ਜੌਬ ਕਰ ਸਕਦੇ ਹੋ ਨਾਲ ਹਨਾ ਚਲੋ ਜੀ ਠੀਕ ਹੈ ਓਕੇ ਦੈਨ ਗੁੱਡ ਨਾਈਟ ਜੀ ਗੁੱਡ ਨਾਈਟ ਚਲੋ ਓਕੇ ਜੀ ਓਕੇ ਗੁੱਡ ਨਾਈਟ